ਹੈਲੋ एवरीवन वेलकम टू ਟੈਕ ਬਜ਼ਰ ਐਜੂਕੇਸ਼ਨਲ ਪਲੈਟਫਾਰਮ ਮਾਈ ਨੇਮ ਇਜ਼ ਕਰਨ ਅਤੇ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਜੀ ਅੱਜ ਦੇ ਆਪਣੇ ਇਸ ਸੈਸ਼ਨ ਦੇ ਵਿੱਚ ਸੋ ਅੱਜ ਆਪਾਂ ਕਰ ਰਹੇ ਹਾਂ ਜੀ 11 ਤੋਂ ਲੈ ਕੇ 15 ਮਈ ਤੱਕ ਦੇ ਕਰੰਟ ਅਫੇਅਰਸ ਠੀਕ ਹੈ ਸੋ ਇਹ ਜੋ ਕਰੰਟ ਅਫੇਅਰਸ ਹਨ ਇਹ ਐਂਟੀਟੀ ਪਟਵਾਰੀ ਨਾਇਬ ਤਹਿਸੀਲਦਾਰ ਪੰਜਾਬ ਪੁਲਿਸ ਕੋਆਪਰੇਟਿਵ ਬੈਂਕ ਅਤੇ ਜੇਲ ਵਾਰਡਨ ਇਹ ਸਾਰਿਆਂ ਲਈ ਇੰਪੋਰਟੈਂਟ ਹਨ ਠੀਕ ਹੈ ਸੋ ਹੋਪਸ ਆ ਤੁਹਾਨੂੰ ਇਹ ਵੀਡੀਓ ਵਧੀਆ ਲੱਗੇਗੀ ਠੀਕ ਹੈ ਜੀ ਸੋ ਕਾਫੀ ਇਸ ਬਾਰੇ ਆਪਾਂ ਡਿਸਕਸ ਕਰਾਂਗੇ ਅਫੀਅਕਟਸ ਆਪਣੇ ਮੂਰੇ ਆਉਣਗੇ ਠੀਕ ਹੈ ਜੀ ਤਾਂ ਪੰਜਾਬ ਪੁਲਿਸ ਦਾ ਜੋ ਬੈਚ ਹੈ ਇਹ 2 ਜੂਨ ਨੂੰ ਆਪਣੀ ਐਪ ਤੇ ਆ ਰਿਹਾ ਹੈ ਠੀਕ ਹੈ ਜੀ ਸੋ ਰਜਿਸਟ੍ਰੇਸ਼ਨ ਚੱਲੂ ਹਨ ਠੀਕ ਹੈ ਅਤੇ ਪੰਜਾਬ ਪਟਵਾਰੀ ਦਾ ਕ੍ਰੈਸ਼ ਕੋਰਸ ਵੀ ਲਾਂਚ ਹੋ ਚੁੱਕਿਆ ਹੈ ਅਤੇ ITT ਸੈਕੰਡ ਪੇਪਰ ਦਾ ਕੋਰਸ ਵੀ ਲਾਂਚ ਹੋ ਚੁੱਕਿਆ ਹੈ ਇਸ ਤੋਂ ਇਲਾਵਾ ਕੋਆਪਰੇਟਿਵ ਬੈਂਕ ਦਾ ਕੋਰਸ ਵੀ ਆਪਣੀ ਚੱਲ ਰਿਹਾ ਹੈ ਠੀਕ ਹੈ ਲਾਈਵ ਪਲੱਸ ਰਿਕਾਰਡਡ ਸੋ ਦੋਵੇਂ ਤਰ੍ਹਾਂ ਦੀ ਫੈਸਿਲਿਟੀ ਹੈ ਠੀਕ ਹੈ ਟਾਈਮ ਸੇਵਿੰਗ ਵੀ ਹੈ ਅਤੇ ਜੋ ਨਾ ਸਮਝ ਆਉਣ ਵਾਲੇ ਸਬਜੈਕਟਸ ਹਨ ਉਹ ਹਮੇਸ਼ਾ ਲਾਈਵ ਚੱਲਦੇ ਹਨ ਠੀਕ ਹੈ ਅਤੇ ਵੀਡੀਓ ਲੈਕਚਰਸ ਪੀਡੀਐਫ ਨੋਟਸ ਠੀਕ ਹੈ ਦੋ ਪਛਾਈ ਕੋਰਸ ਤੁਹਾਨੂੰ ਪਤਾ ਹੀ ਹੈ ਆਪਣਾ ਰਹਿੰਦਾ ਹੈ ਜੀ ਹਮੇਸ਼ਾ ਠੀਕ ਹੈ 20 ਕਿਟੀ ਦਾ 60 ਮਾਰਕਸ ਦਾ ਕੋਰਸ ਵੀ ਆਪਣਾ ਚੱਲ ਰਿਹਾ ਹੈ ਸੋ ਫਰਸਟ ਕੁਐਸਚਨ ਵੱਲ ਵੱਧੇ ਹਾਂ ਠੀਕ ਹੈ ਸੋ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ ਤਾਂ ਹੂ ਹੈਜ਼ ਰੀਸੈਂਟਲੀ ਰਿਟਨ ਅ ਬੁੱਕ ਨੇਮਡ এলিਫੈਂਟ ਇਨ ਦਾ ਵਮ 5 ਇੱਕ ਬੁੱਕ ਦਾ ਨਾਮ ਹੈ ਜੀ এলিਫੈਂਟ ਇਨ ਦਾ ਵਮ ਠੀਕ ਹੈ ਤਾਂ ਕਿਸ ਨੇ ਲਿਖੀ ਹੈ ਜੀ ਇਹ ਲਿਖੀ ਹੈ ਜੀ ਆਪਣੀ ਕਲਕੀ ਕੋਚਲਿਨ ਠੀਕ ਹੈ ਤਾਂ ਇੰਡੀਅਨ ਐਕਟ੍ਰੈਸ ਤੁਸੀਂ ਕਾਫੀ ਵਾਰੀ ਇਹਨਾਂ ਨੂੰ ਫਿਲਮ ਦੇਖਿਆ ਹੋਣਾ ਪਰ ਇਹਨਾਂ ਦੀ ਜੋ ਨੈਸ਼ਨੈਲਿਟੀ ਹੈ ਫਰਾਂਸ ਦੀ ਫਰਾਂਸ ਤੋਂ ਆਈ ਹਨ ਇਹ ਠੀਕ ਹੈ ਕਲਕੀ ਕੋਚਲਿਨ ਠੀਕ ਹੈ ਤਾਂ ਇਹਨਾਂ ਦੀ ਬੁੱਕ ਹੈ ਜੀ এলিਫੈਂਟ ਇਨ ਦਾ ਵਮ ਠੀਕ ਹੈ এলিਫੈਂਟ ਇਨ ਦਾ ਵਮ ਸੋ ਦੈਨ ਆਪਣੀ ਸੈਕੰਡ ਕੁਐਸਚਨ ਹੈ ਕਿ ਰੀਸੈਂਟਲੀ ਹੂ ਵਾਸ ਅਪੋਇੰਟਡ ਐਸ ਦਾ ਨੈਕਸਟ ਐਮਬੈਸਡਰ ਆਫ ਇੰਡੀਆ ਟੂ ਦਾ ਅਫਰੀਕਨ ਰਿਪਬਲਿਕ ਅਫਰੀਕੀ ਗਨਰਾਜ ਵਿੱਚ ਭਾਰਤ ਦਾ ਅਗਲਾ ਰਾਜਦੂਤ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ ਅਫਰੀਕੀ ਗਨਰਾਜ ਵਿੱਚ ਠੀਕ ਹੈ ਭਾਰਤ ਦਾ ਅਗਲਾ ਰਾਜਦੂਤ ਬਣਾਇਆ ਗਿਆ ਹੈ ਜੀ ਰਾਮਕਰਨ ਵਰਮਨ ਠੀਕ ਹੈ ਅਫਰੀਕੀ ਗਨਰਾਜ ਵਿੱਚ ਭਾਰਤ ਦਾ ਅਗਲਾ ਰਾਜਦੂਤ ਬਣਾਇਆ ਜਾਏਗਾ ਜੀ ਰਾਮਕਰਨ ਵਰਮਾ ਜੀ ਨੂੰ ਠੀਕ ਹੈ ਜੀ ਸੋ ਦੈਨ ਆਪਣਾ ਕਾਫੀ ਇੰਪੋਰਟੈਂਟ ਕੁਐਸਚਨ ਹੈ ਜੀ ਥਰਡ ਕੁਐਸਚਨ ਤਾਂ ਐਵਰੀイヤー ਵਰਲਡ ਇੰਟਰਨੈਸ਼ਨਲ ਡੇ ਆਫ ਨਰਸਿਸ ਕਦੋਂ ਮਨਾਇਆ ਜਾਂਦਾ ਹੈ ਠੀਕ ਹੈ ਜੀ ਤਾਂ ਹਰ ਸਾਲ ਵਿਸ਼ਵ ਨਰਸਾਂ ਦਾ ਅੰਤਰਰਾਸ਼ਟਰੀ ਦਿਵਸ ਕਦੋਂ ਮਨਾਇਆ ਜਾਂਦਾ ਹੈ ਤਾਂ ਇਹ ਮਨਾਇਆ ਜਾਂਦਾ ਹੈ ਜੀ 12 ਮਈ ਨੂੰ ਠੀਕ ਹੈ ਜੀ 12 ਮਈ ਨੂੰ ਤਾਂ ਬੇਸਿਕਲੀ 12 ਮਈ 1820 ਨੂੰ ਇਸ ਦਿਨ ਬਰਥਡੇ ਸੀ ਜੀ ਫਲੋਰੈਂਸ ਨਾਈਟਿੰਗਲ ਦਾ ਫਲੋਰੈਂਸ ਨਾਈਟਿੰਗਲ ਠੀਕ ਹੈ ਤਾਂ ਇਹ ਕਾਫੀ ਦਿਆਲੂ ਨਰਸੀ ਠੀਕ ਹੈ ਯੁੱਧ ਵਿੱਚ ਉਸ ਟਾਈਮ ਯੁੱਧ ਚੱਲੇ ਹੁੰਦੇ ਸੀ ਠੀਕ ਹੈ ਉਸ ਵਿੱਚ ਜੋ ਬੇਸਹਾਰੇ ਲੋਕ ਹੁੰਦੇ ਸਨ ਪੱਟੜ ਲੋਕ ਹੁੰਦੇ ਸਨ ਉਹਨਾਂ ਦੀ ਕਾਫੀ ਇਸਨੇ ਬਿਨਾਂ ਪੇਦਪਾਪ ਦੇ ਹੈਲਪ ਕੀਤੀ ਸੀ ਠੀਕ ਹੈ ਤਾਂ ਉੱਥੋਂ ਹੀ ਇਹ ਚੱਲੂ ਹੋਇਆ ਜੀ ਠੀਕ ਹੈ फ्लोरेंस नाइटिंगल काफी ਇਹਨਾਂ ਦਾ ਨਾਮ ਹੈ ਠੀਕ ਹੈ 1974 ਤੋਂ ਆਪਾਂ ਮਨਾਉਣਾ ਸਟਾਰਟ ਕੀਤਾ ਜੀ 1974 ਤੋਂ ਮਨਾਉਣਾ ਸਟਾਰਟ ਕੀਤਾ ਜੀ ਇੰਟਰਨੈਸ਼ਨਲ ਡੇ ਆਫ ਨਰਸਿਸ ਠੀਕ ਹੈ ਅਤੇ ਇਸ ਵਾਰ ਦੀ ਥੀਮ ਹੈ ਜੀ ਨਰਸਿਸ ਅ ਵੌਇਸ ਟੂ ਲੀਡ ਅ ਵਿਜ਼ਨ ਫॉर ਫਿਊਚਰ ਹੈਲਥ케ਅਰ ਨਰਸਿਸ ਅ ਵੌਇਸ ਟੂ ਲੀਡ ਅ ਵਿਜ਼ਨ ਟੂ ਵਿਜ਼ਨ ਫॉर ਫਿਊਚਰ ਹੈਲਥ케ਅਰ ਠੀਕ ਹੈ ਐਂਡ ਫਲੋਰੈਂਸ ਨਾਈਟਿੰਗਲ ਨੂੰ ਹੋਰ ਕੀ ਕਿਹਾ ਜਾਂਦਾ ਹੈ ਅ ਲੇਡੀ ਵਿਦ ਦਾ ਲੈਂਪ ਠੀਕ ਹੈ A lady with the lamp ਤੋਂ ਕਾਫੀ ਦੇਯਾਲੂ ਲੇਡੀ ਸੀ ਕਾਫੀ ਦੇਯਾਲੂ ਨਰਸ ਸੀ ਹੈਲਥ ਕੇਅਰ ਵਰਕਰ ਸੀ ਫਲੋਰੈਂਸ ਨਾਈਟਿੰਗਲ ਠੀਕ ਹੈ ਜੀ ਇੰਡੀਆ ਦਾ ਪਹਿਲਾ ਮੈਡੀਕਲ ਡਿਵਾਈਸ ਪਾਰ ਕਿੱਥੇ ਸਥਾਪਿਤ ਕੀਤਾ ਗਿਆ ਹੈ ਜੀ ਉਹ ਹੈ ਜੀ ਕੇਰਲ ਆ ਦੇ ਵਿੱਚ ਸੋ ਦੈਨ ਵੱਧਦੇ ਹਾਂ ਜੀ ਅੱਜ ਆਪਾਂ ਆਪਣੇ 4th ਕੁਐਸਚਨ ਵੱਲ ਠੀਕ ਹੈ ਤਾਂ 9 ਮਈ 2021 ਨੂੰ SpaceX ਜੋ ਕਿ Elon Musk ਦੀ ਕੰਪਨੀ ਹੈ ਠੀਕ ਹੈ SpaceX ਇਸਨੇ ਇੱਕ ਨਵੀਂ ਕ੍ਰਿਪਟੋ ਕਰੰਸੀ ਜਾਰੀ ਕੀਤੀ ਹੈ ਠੀਕ ਹੈ ਕ੍ਰਿਪਟੋ ਕਰੰਸੀ ਜਿਸ ਨੂੰ ਆਪਾਂ ਵੇਖ ਨਹੀਂ ਸਕਦੇ ਅਤੇ ਉਸ ਦੀ ਕੀਮਤ ਵਿਚਾਲੀ ਦੇ ਵਿੱਚ ਡਾਊਨਫਾਲ ਕਾਫੀ ਆ ਗਿਆ ਸੀ ਠੀਕ ਹੈ ਪਰ ਹੁਣ ਕਾਫੀ ਸੰਭਲ ਗਈ ਹੈ ਕ੍ਰਿਪਟੋ ਕਰੰਸੀ ਭਾਰਤ ਵਿੱਚ ਬੈਨ ਹੈ ਠੀਕ ਹੈ ਅਤੇ ਕ੍ਰਿਪਟੋ ਕਰੰਸੀ ਲਾਂਚ ਕੀਤੀ ਗਈ ਸੀ ਜਿਸ ਦਾ ਨਾਮ ਹੈ ਜੀ ਡੌਗੀ ਪੁਆਇੰਟ ਠੀਕ ਹੈ ਡੌਗੀ ਕੋਇਨ ਠੀਕ ਹੈ ਤਾਂ ਡੌਗੀ ਕੋਇਨ ਨੂੰ ਲਾਂਚ ਕਿਉਂ ਕੀਤਾ ਗਿਆ ਕਿਸ ਇਸ ਦਾ ਡੌਗ 1 ਮਿਸ਼ਨ ਲਈ ਠੀਕ ਹੈ ਡੌਗ 1 ਮਿਸ਼ਨ ਜੋ ਕਿ ਸਪੇਸ ਐਕਸ ਦਾ ਸਪੇਸ ਐਕਸ ਜੋ ਕਿ ਇਲਨ ਮਸਕ ਦੀ ਕੰਪਨੀ ਹੈ ਸਪੇਸ ਐਕਸ ਦਾ ਮੂਨ ਮਿਸ਼ਨ ਹੈ ਠੀਕ ਹੈ ਸਪੇਸ ਐਕਸ ਦਾ ਮੂਨ ਮਿਸ਼ਨ ਹੈ ਸੋ ਉਸ ਦੇ ਲਈ ਜੋ ਪੇਮੈਂਟ ਕੀਤੀ ਜਾਏਗੀ ਤਾਂ ਉਹ ਡੌਗੀ ਕੋਇਨ ਵਿੱਚ ਪੇਮੈਂਟ ਕੀਤੀ ਜਾਏਗੀ ਠੀਕ ਹੈ ਤਾਂ ਬੇਸਿਕਲੀ ਇਹ ਹੈ ਜੀ ਡੌਗੀ ਕੋਇਨ ਠੀਕ ਹੈ ਅਤੇ ਨਵੀਂ ਕ੍ਰਿਪਟੋ ਕਰੰਸੀ ਹੈ ਸੋ ਦੈਨ ਅੱਪਾ ਆਪਣੇ 5th ਕੁਐਸਚਨ ਦੀ ਗੱਲ ਕਰ ਲੈਨੇ ਹਾਂ ਐਸ ਪਰ ਦ ਮਿਨਿਸਟਰੀ ਆਫ ਵਾਟਰ ਪਾਵਰ ਠੀਕ ਹੈ ਵਿਚ ਸਟੇਟ ਯਾ ਯੂਨੀਅਨ ਟੈਰੀਟਰੀ ਅਚੀਵਡ ਟਾਰਗੇਟਡ 100% ਪਾਈਪ ਕਨੈਕਸ਼ਨ ਇਨ ਰੂਰਲ ਏਰੀਆਜ਼ ਅੰਡਰ ਜਲ ਜੀਵਨ ਮਿਸ਼ਨ ਔਨ ਮਈ 2021 ਤਾਂ ਜਲ ਜੀਵਨ ਮਿਸ਼ਨ ਜੋ ਮਈ 2021 ਦਾ ਸੀ ਠੀਕ ਹੈ ਸੋਸ ਦੇ ਤਹਿਤ 100% ਪਾਈਪ ਕਨੈਕਸ਼ਨ ਪ੍ਰਾਪਤ ਕਰਨ ਵਾਲਾ ਇਹਨਾਂ ਵਿੱਚੋਂ ਕਿਹੜਾ ਰਾਜ ਹੈ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਆਪਣੇ ਸਾਹਮਣੇ ਠੀਕ ਹੈ ਤਾਂ ਇਹ ਜੀ ਆਪਣਾ ਪੁੱਡੂਚੇਰੀ ਇਸ ਨੇ ਰੀਸੈਂਟਲੀ 100% ਜਲ ਆਪਣੇ ਰੂਰਲ ਏਰੀਆ ਦੇ ਵਿੱਚ ਅਰਬਨ ਏਰੀਆ ਦੇ ਵਿੱਚ ਸਾਰੇ ਪਾਸੇ 100% ਜਲ ਦੀ ਅਪੂਰਤੀ ਕਰ ਲਈ ਹੈ ਨੈਸ਼ਨਲ ਜਲ ਜੀਵਨ ਮਿਸ਼ਨ ਦੇ ਤਹਿਤ ਠੀਕ ਹੈ ਜੀ ਅਤੇ ਪੰਜਾਬ ਵੀ 2022 ਤੱਕ ਜਲ ਦੀ ਪੂਰਤੀ ਕਰ ਲਏਗਾ ਠੀਕ ਅਤੇ ਪੁੱਡੂਚੇਰੀ ਉਸ ਦੇ ਨਵੇਂ ਜੋ ਚੀਫ ਮਿਨਿਸਟਰ ਬਣੇ ਹਨ ਉਹ ਹਨ ਜੀ ਐਨ ਰੰਗਾਸਵਾਮੀ ਠੀਕ ਹੈ ਆਲੀ ਦੇ ਵਿੱਚ ਨਵੇਂ ਜੀ ਮਿਨਿਸਟਰ ਬਨੇ ਹਨ ਐਨ ਰੰਗਾ ਸਵਾਮੀ ਅਤੇ ਪੁੱਡੂਚੇਰੀ ਦੇ ਗਵਰਨਰ ਕੌਣ ਹਨ ਪੁੱਡੂਚੇਰੀ ਅਤੇ ਤਾਮਿਲਨਾਡੂ ਦੋਨਾਂ ਦੇ ਗਵਰਨਰ ਹਨ ਜੀ ਨਹੀਂ ਜੀ ਬਨਵਾਰੀ ਲਾਲ ਪ੍ਰੋਹਿਤ ਨਹੀਂ ਹਨ ਕਮਿਲ ਸਾਈ ਸੋਨਦ ਰਾਜਨ ਠੀਕ ਹੈ ਕਮਿਲ ਸਾਈ ਸੋਨਦ ਰਾਜਨ ਠੀਕ ਹੈ ਕਮਿਲ ਸਾਈ ਸੋਨਦ ਰਾਜਨ ਹਨ ਠੀਕ ਹੈ ਜੀ ਪੁੱਡੂਚੇਰੀ ਦੇ ਗਵਰਨਰ ਅਤੇ ਪੁੱਡੂਚੇਰੀ ਵਿੱਚ ਚਾਰ ਡਿਸਟ੍ਰਿਕਟਸ ਹਨ ਠੀਕ ਹੈ ਚਾਰ ਜ਼ਿਲ੍ਹੇ ਹਨ ਅਤੇ ਉਹ ਚਾਰ ਜ਼ਿਲ੍ਹੇ ਚਾਰ ਵੱਖਰੀਆਂ ਚਾਰ ਸਟੇਟਾਂ ਦੇ ਵਿੱਚ ਠੀਕ ਹੈ ਫੈਲੇ ਹੋਏ ਹਨ ਠੀਕ ਹੈ ਚਾਰ ਜ਼ਿਲ੍ਹੇ ਹਨ ਪੋਂਡੀਚੇਰੀ ਪੋਂਡੀਚੇਰੀ ਤੇ ਕਰਾਈਕਲ ਜੋ ਕਿ ਤਾਮਿਲਨਾਡੂ ਦੇ ਵਿੱਚ ਆਉਂਦੇ ਹਨ ਠੀਕ ਹੈ ਪੋਂਡੀਚੇਰੀ ਤੇ ਕਰਾਈਕਲ ਤਾਮਿਲਨਾਡੂ ਦੇ ਵਿੱਚ ਆਉਂਦੇ ਹਨ ਯਨਮ ਜੋ ਹੈ ਠੀਕ ਹੈ ਉਹ ਆਂਧਰਾ ਪ੍ਰਦੇਸ਼ ਵਿੱਚ ਹੈ ਅਤੇ ਮਾਹੇ ਜੋ ਹੈ ਕੇਰਲਾ ਦੇ ਵਿੱਚ ਹੈ ਤਾਂ ਪੁੱਡੂਚੇਰੀ ਬੇਸਿਕਲੀ ਇਵੇਂ ਦੋ ਜ਼ਿਲ੍ਹੇ ਇੱਥੇ ਹੋਗੇ ਜੀ ਇੱਕ ਜ਼ਿਲ੍ਹਾ ਇੱਥੇ ਹੋ ਗਿਆ ਜੀ ਇੱਕ ਜ਼ਿਲ੍ਹਾ ਇੱਥੇ ਹੋ ਗਿਆ ਇਸ ਤਰ੍ਹਾਂ ਹੀ ਫੈਲਾ ਹੋਇਆ ਠੀਕ ਹੈ ਤੇ ਇਸ ਦੀ ਕੈਪੀਟਲ ਹੈ ਜੀ ਪੋਂਡੀਚਰੀ ਠੀਕ ਹੈ ਸੋ ਦੈਨ ਆਪਾਂ ਗੱਲ ਕਰਦੇ ਹਾਂ ਜੀ ਆਪਨੇ 6th ਕੁਐਸਚਨ ਦੀ ਤਾਂ who has developed the e ਸੰਜੀਵਨੀ OPD ਠੀਕ ਹੈ OPD ਕੀ ਹੁੰਦਾ ਹੈ ਜੀ ਆਊਟ ਪੇਸ਼ੈਂਟ ਡਿਪਾਰਟਮੈਂਟ ਤਾਂ e ਸੰਜੀਵਨੀ ਕਿਸ ਨੇ ਲਾਂਚ ਕੀਤਾ ਹਾਲ ਹੀ ਦੇ ਵਿੱਚ ਤਾਂ ਇਹ ਸੰਜੀਵਨੀ ਲਾਂਚ ਕੀਤਾ ਹੈ ਜੀ ਇਸਨੇ ਬਣਾਇਆ ਹੈ ਜੀ ਸੀ ਡੈਕ ਨੇ ਠੀਕ ਹੈ ਸੀ ਡੈਕ ਕੀ ਹੈ ਜੀ ਸੈਂਟਰ ਫਾਰ ਡਵੈਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ ਤਾਂ ਇਸ ਦੀ ਫੁੱਲ ਫਾਰਮ ਹੈ ਜੀ ਸੀ ਡੈਕ ਦੀ ਸੈਂਟਰ ਫਾਰ ਡਵੈਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ ਤਾਂ ਸੀ ਡੈਕ ਦੀ ਸਥਾਪਨਾ ਹੋਈ ਸੀ ਜੀ 1988 ਦੇ ਵਿੱਚ ਠੀਕ ਹੈ ਅਤੇ ਇਹ ਜੋ ਈ ਸੰਜੀਵਨੀ ਬਣਾਇਆ ਗਿਆ ਹੈ ਸੀ ਡੈਕ ਦੁਆਰਾ ਇਹ ਇੱਕ ਟੈਲੀ ਮੈਡੀਸਨਲ ਇੱਕ ਯਾਨੀ ਟੈਲੀਫੋਨ ਦੇ ਦੁਆਰਾ ਟੈਲੀਫੋਨ ਦੇ ਉੱਤੇ ਠੀਕ ਹੈ ਸੇਨਾ ਦੇ ਜੋ ਪੂਰਵ ਆਪਣੇ ਜੋ ਡਾਕਟਰ ਸੰ ਠੀਕ ਹੈ ਉਹ ਆਨਲਾਈਨ ਸਲਾਹ ਦੇਣਗੇ ਮਰੀਜ਼ਾਂ ਨੂੰ ਕੋਵਿਡ 19 ਦੇ ਠੀਕ ਹੈ ਜੋ ਮਰੀਜ਼ ਹੋਮ ਆਈਸੋਲੇਟ ਹਨ ਉਹਨਾਂ ਨੂੰ ਟੈਲੀਫੋਨ ਦੇ ਦੁਆਰਾ ਸਲਾਹ ਦਿੱਤੀ ਜਾਏਗੀ ਜੀ ਇਸ ਈ ਸੰਜੀਵਨੀ ਓਪੀਡੀ ਦੇ ਦੁਆਰਾ ਠੀਕ ਹੈ ਸੋ ਆਪਨੇ ਜੋ ਪੰਜਾਬ ਦਾ ਕੋਵਾ ਐਪ ਹੈ ਉਸ ਦੇ ਵਿੱਚ ਵੀ ਆਪਾਂ ਨੂੰ ਇਸ ਦੀ ਫੈਸਿਲਿਟੀ ਮਿਲਦੀ ਹੈ ਠੀਕ ਹੈ ਈ ਸੰਜੀਵਨੀ ਦੀ ਸੋ ਡਾਕਟਰਸ ਤੋਂ ਆਪਾਂ ਟੈਲੀਫੋਨ ਦੇ ਰਾਹੀਂ ਸਲਾਹ ਲੈ ਸਕਦੇ ਹਾਂ ਠੀਕ ਹੈ ਜੀ ਸੀਡੈਕ ਨੇ ਇਸ ਦਾ ਨਿਰਮਾਣ ਕੀਤਾ ਹੈ ਸੀਡੈਕ ਦੀ ਸਥਾਪਨਾ 1988 ਚ ਹੋਈ ਸੀਡੈਕ ਦੀ ਫੁੱਲ ਫਾਰਮ ਆਪਾਂ ਪੜ ਲਈ ਜੀ ਠੀਕ ਹੈ ਅਤੇ ਸੀਡੈਕ ਨੇ ਹੀ ਭਾਰਤ ਦਾ ਪਹਿਲਾ ਸੁਪਰ ਕੰਪਿਊਟਰ ਬਣਾਇਆ ਜੀ ਠੀਕ ਹੈ ਤਾਂ ਸੁਪਰ ਕੰਪਿਊਟਰ ਜੋ ਪਰਮ ਸੀਰੀਜ਼ ਹੈ ਠੀਕ ਹੈ ਪਰਮ ਸੀਰੀਜ਼ ਤਾਂ ਉਹ ਸੀਡੈਕ ਦੁਆਰਾ ਤਿਆਰ ਕੀਤੀ ਗਈ ਠੀਕ ਹੈ ਭਾਰਤ ਦਾ ਸੁਪਰ ਕੰਪਿਊਟਰ ਅਤੇ ਦੁਨੀਆ ਦਾ ਸਭ ਤੋਂ ਤੇਜ਼ ਸੁਪਰ ਕੰਪਿਊਟਰ ਦੁਨੀਆ ਦਾ ਕਿਹੜਾ ਹੈ ਜੀ ਉਹ ਗਾਕੂ ਉਹ ਹੈ ਜੀ ਜਾਪਾਨ ਦਾ ਠੀਕ ਹੈ ਸੋ ਨੈਕਸਟ ਆਪਾਂ ਆਪਣੇ 7th ਕੁਐਸਚਨ ਦੀ ਗੱਲ ਕਰਦੇ ਹਾਂ ਵਿਚ ਸਟੇਟ ਵਾਸ ਫਸਟ ਟੂ ਇੰਟਰੋਡਿਊਸ ਓਨ ਮਈ 8 2021 ਆਨਲਾਈਨ ਰਿਪੋਰਟਿੰਗ ਆਨਲਾਈਨ ਫਲੱਡ ਰਿਪੋਰਟਿੰਗ ਸਿਸਟਮ ਤਾਂ ਜੋ ਬਾੜ ਆਉਂਦੀ ਹੈ ਠੀਕ ਹੈ ਜੀ ਬਾੜ ਲਈ ਇੱਕ ਨਵਾਂ ਰਿਪੋਰਟਿੰਗ ਸਿਸਟਮ ਕਿਹੜੇ ਰਾਜ ਨੇ ਆਪਣੇ ਨੇ ਲਾਂਚ ਕੀਤਾ ਹੈ ਤਾਂ ਅਸਾਮ ਨੇ ਠੀਕ ਹੈ ਆਪ ਦੇ ਆਪ ਵਿੱਚ ਇੱਕ ਵੱਖਰਾ ਇਨੀਸ਼ੀਏਟਿਵ ਹੈ ਠੀਕ ਹੈ ਤਾਂ ਫਲੱਡ ਫਲੱਡ ਰਿਪੋਰਟਿੰਗ ਪੋਰਟਲ ਫਲੱਡ ਰਿਪੋਰਟਿੰਗ ਸਿਸਟਮ ਇੱਕ ਨਵੀਂ ਤਰ੍ਹਾਂ ਦਾ ਸਿਸਟਮ ਬਣਾਇਆ ਹੈ ਜੀ ਆਸਾਮ ਨੇ ਤਾਂ ਕਿ ਫਲੱਡਸ ਬਾਰੇ ਜਲਦੀ ਤੋਂ ਜਲਦੀ ਪਤਾ ਲੱਗ ਸਕੇ ਅਤੇ ਜਲਦੀ ਤੋਂ ਜਲਦੀ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਸਕੇ ਠੀਕ ਹੈ ਜੀ ਸੋ ਦੈਨ ਕਾਫੀ ਇੰਪੋਰਟੈਂਟ ਕੁਐਸਚਨ ਹੈ ਜੀ ਤਾਂ ਡੈਸ਼ ਡਵੈਲਪਸ 3 ਕੋਸਟ ਇਫੈਕਟਿਵ ਵੈਂਟੀਲੇਟਰਸ ਆਕਸੀਜਨ ਕਨਸੈਂਟਰੇਟਰਸ ਠੀਕ ਹੈ ਉਹਨਾਂ ਦਾ ਨਾਮ ਕੀ ਹੈ ਜੀ ਪ੍ਰਾਨ ਵాయు ਤੇ ਸਵਾਸਤ ਸੋ ਤਿੰਨ ਵੈਂਟੀਲੇਟਰ ਹਨ ਠੀਕ ਹੈ ਉਹਨਾਂ ਦਾ ਨਾਮ ਕੀ ਹੈ ਜੀ ਪ੍ਰਾਨ ਵాయు ਤੇ ਸਵਾਸਤ ਠੀਕ ਹੈ ਤਾਂ ਇਹ ਬਣਾਏ ਹਨ ਜੀ ਆਪਣੀ ਡੀਆਰਡੀਓ ਇਹ ਜੋ ਵੈਂਟੀਲੇਟਰ ਹਨ ਇਹ ਕਾਫੀ ਕੋਸਟ ਇਫੈਕਟਿਵ ਹਨ ਅਤੇ ਇਹ ਦੋ ਬੰਦੇ ਵੀ ਇੱਕੋ ਟਾਈਮ ਤੇ ਯੂਜ਼ ਕਰ ਸਕਦੇ ਹਨ ਠੀਕ ਹੈ ਡੀਆਰਡੀਓ ਨੇ ਬਣਾਇਆ ਹੈ ਜੀ ਅਤੇ ਡੀਆਰਡੀਓ ਦੇ ਚੇਅਰਪਰਸਨ ਕੌਣ ਹਨ ਕੇ ਸ਼ਿਵਾਨ ਠੀਕ ਹੈ ਕੇ ਸ਼ਿਵਾਨ ਅਤੇ ਇਹਨਾਂ ਨੂੰ ਹਾਲ ਹੀ ਦੇ ਵਿੱਚ ਵੌਨ ਕਰਮਨ ਅਵਾਰਡ ਵੀ ਮਿਲਿਆ ਸੀ ਠੀਕ ਹੈ ਵੌਨ ਕਰਮਨ ਅਵਾਰਡ ਠੀਕ ਹੈ ਅਤੇ ਇਸਰੋ ਦੇ ਹੈੱਡਕ quarters ਦੀ ਗੱਲ ਕਰੀਏ ਤਾਂ ਉਹ ਹੈ ਜੀ ਬੰਗਲੌਰੂ ਕਰਨਾਟਕਾ ਦੇ ਵਿੱਚ ਠੀਕ ਹੈ ਅਤੇ ਇਸਰੋ ਦੀ ਸਥਾਪਨਾ ਦੀ ਗੱਲ ਕਰੀਏ ਤਾਂ 15 ਅਗਸਤ 1969 ਨੂੰ ਠੀਕ ਹੈ 1969 15th ਅਗਸਤ ਠੀਕ ਹੈ ਤਾਂ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਨੇ ਥੈਨ ਕੋਸਟ ਇਫੈਕਟਿਵ ਵੈਂਟੀਲੇਟਰ ਆਕਸੀਜਨ ਕੰਸੈਂਟਰੇਟਰ ਬਣਾਏ ਹਨ ਜਿਨ੍ਹਾਂ ਦਾ ਨਾਮ ਹੈ ਜੀ ਪ੍ਰਾਨ ਵాయు ਤੇ ਸਵਾਸ ਸੋ ਦੈਨ ਆਪਣਾ 9th ਕੁਐਸਚਨ ਹੈ ਜੀ ਤਾਂ ਉਹ ਹੈਜ਼ ਰੀਸੈਂਟਲੀ ਟਾਈਟਲ ਇੱਕ ਬੁੱਕ ਲਿਖੀ ਹੈ ਜੀ ਲਾਈਫ ਇਨ ਦਾ ਕਲੋਕ ਟਾਵਰ ਵੈਲੀ ਤਾਂ ਲਾਈਫ ਇਨ ਦਾ ਕਲੋਕ ਟਾਵਰ ਵੈਲੀ ਇਸ ਸਿਰਲੇਖ ਦੇ ਅਧੀਨ ਇੱਕ ਨਵੀਂ ਪੁਸਤਕ ਆਈ ਹੈ ਜੀ ਉਹ ਕਿਸ ਨੇ ਲਿਖੀ ਹੈ ਜੀ ਸ਼ਾਕੂਰ ਰਠੇਰ ਠੀਕ ਹੈ ਸ਼ਾਕੂਰ ਰਠੇਰ ਠੀਕ ਹੈ ਇੱਕ ਈ ਬੁੱਕ ਆਈ ਹੈ ਜੀ ਲਾਈਫ ਇਨ ਦਾ ਕਲੋਕ ਟਾਵਰ ਵੈਲੀ ਠੀਕ ਹੈ ਜੀ ਇੱਕ ਤਰ੍ਹਾਂ ਦਾ ਨੋਵਲ ਹੈ ਦਨ ਕਾਫੀ ਇੰਪੋਰਟੈਂਟ ਕੁਐਸਚਨ ਹੈ ਜੀ ਆਪਨੇ ਸਾਹਮਣੇ ਤਾਂ ਵਿਚ ਇੰਡੀਅਨ origin ਐਕਸਪਰਟ ਹੈਜ਼ ਰੀਸੈਂਟਲੀ ਵਨ ਦਾ ਵਰਲਡ ਫੂਡ ਅਵਾਰਡ 2021 ਤਾਂ ਵਿਸ਼ਵ ਫੂਡ ਅਵਾਰਡ 2021 ਦਾ ਕਿਸ ਨੇ ਜਿੱਤਿਆ ਹੈ ਜੀ ਇਹ ਜਿੱਤਿਆ ਹੈ ਜੀ ਇਹ ਹਾਂ ਜੀ ਆਪਣੇ ਸ਼ਕੁੰਤਲਾ ਹਰੀਕੇ ਸਿੰਘ ਠੀਕ ਹੈ ਸ਼ਕੁੰਤਲਾ ਹਰੀਕੇ ਸਿੰਘ ਤੇ ਇਹਨਾਂ ਨੇ ਵਰਲਡ ਫੂਡ ਅਵਾਰਡ ਜਿੱਤਿਆ ਹੈ ਜੀ 2021 ਨੇ ਤਾਂ ਬੇਸਿਕਲੀ ਇਹਨਾਂ ਨੇ ਫਿਸ਼ ਨਾਲ ਰਿਲੇਟਡ ਕੁਝ ਨਵੇਂ ਤਰ੍ਹਾਂ ਦੇ ਖਾਦ ਪਦਾਰਥ ਬਣਾਏ ਸਨ ਠੀਕ ਹੈ ਅਤੇ ਜੋ ਵਰਲਡ ਫੂਡ ਜੋ ਪ੍ਰਾਈਸ ਦੀ ਗੱਲ ਕਰੀਏ ਤਾਂ ਇਹ ਜੋ ਸਟਾਰਟ ਕੀਤੇ ਗਏ ਸੀ ਠੀਕ ਹੈ ਇਹ ਨੋਰਮਨ ਬੋਰਲੋਗ ਦੁਆਰਾ 1986 ਵਿੱਚ ਸਟਾਰਟ ਕੀਤੇ ਗਏ ਸਨ ਠੀਕ ਹੈ ਅਤੇ 1987 ਵਿੱਚ ਕਿਸ ਨੂੰ ਮਿਲਿਆ ਫਸਟ ਇੰਡੀਅਨ ਐਮ ਐਸ ਸੁਆਮੀ ਨاتھن ਹਰੀਤ ਕ੍ਰਾਂਤੀ ਦੇ ਜਨਕ ਠੀਕ ਹੈ ਹਰੀਤ ਕ੍ਰਾਂਤੀ ਦੇ ਜਨਕ ਅਗਰ ਆਪਾਂ ਗੱਲ ਕਰੀਏ ਭਾਰਤ ਦੇ ਵਿੱਚ ਤਾਂ ਉਹ ਹਨ ਜੀ ਐਮ ਐਸ ਸੁਆਮੀਨਾਥਨ ਅਤੇ ਆਪਾਂ ਗੱਲ ਕਰੀਏ ਜੀ ਵਿਸ਼ਵ ਦੇ ਵਿੱਚ ਉਹ ਹਨ ਜੀ ਨੋਰਮਨ ਬੋਰਲੋਕ ਠੀਕ ਹੈ ਅਤੇ ਆਪਾਂ ਗੱਲ ਕਰੀਏ ਜੇ ਪੰਜਾਬ ਵਿੱਚ ਹਰਿਤ ਗ੍ਰਾਂਤੀ ਦੇ ਜਨਕ ਕੌਣ ਹਨ ਤਾਂ ਉਹ ਹਨ ਜੀ ਐਮ ਐਸ ਰੰਥਾਵਾ ਠੀਕ ਹੈ ਐਮ ਐਚ ਰੰਥਾਵਾ ਠੀਕ ਹੈ ਕਾਫੀ ਉੱਗੀ ਸ਼ਕਸ਼ੀਤ ਹੈ ਜੀ ਐਮ ਐਸ ਰੰਥਾਵਾ ਠੀਕ ਹੈ ਅਤੇ 2020 ਵਿੱਚ ਜੋ ਵਰਲਡ ਫੂਡ ਪ੍ਰਾਈਸ ਇਹ ਵੀ ਇੱਕ ਪੰਜਾਬੀ ਨੂੰ ਮਿਲਿਆ ਜੀ ਠੀਕ ਹੈ ਸੋਇਲ ਸਾਇੰਟਿਸਟ ਠੀਕ ਹੈ ਰਤਨ ਲਾਲ ਇਸ ਨੂੰ ਇਹਨਾਂ ਨੂੰ ਕਿਹਾ ਜਾਂਦਾ ਹੈ ਮਿੱਟੀ ਦੇ ਲਾਲ ਰਤਨ ਲਾਲ ਠੀਕ ਹੈ ਸੋਇਲ ਸਾਇੰਟਿਸਟ ਪੰਜਾਬ ਐਗਰੀਕਲਚਰ ਲੁਧਿਆਣਾ ਵਿੱਚ ਇਹ ਸੋਇਲ ਸਾਇੰਟਿਸਟ ਹਨ ਜੀ ਰਤਨ ਲਾਲ ਇਹਨਾਂ ਨੂੰ 2020 ਵਿੱਚ ਮਿਲਿਆ ਅਤੇ 2021 ਨੂੰ ਵੀ ਇੱਕ ਇੰਡੀਅਨ origin ਦੇ ਮਿਲੇ ਹੈ ਜੀ ਸਕੁੰਤਲਾ ਹਰੀਕੇ ਸਿੰਘ ਨੂੰ ਠੀਕ ਹੈ ਜੀ ਸੋ ਇਹ ਸਾਰਾ ਕੁਝ ਤੁਸੀਂ ਯਾਦ ਰੱਖਣਾ ਹੈ ਸੋ ਦੈਨ ਗੱਲ ਕਰਦੇ ਹਾਂ ਜੀ ਆਪਾਂ ਆਪਣੇ 11th ਕੁਐਸਚਨ ਦੀ ਤਾਂ ਵਿਚ ਪਲੇਸ ਇਨ ਨਿਊ ਦਿੱਲੀ ਰੈਂਕਡ ਅੱਛਾ ਹਾਂਜੀ ਨਿਊ ਦਿੱਲੀ ਨੂੰ ਮਿਲਿਆ ਹੈ ਜੀ ਤਾਂ ਦੱਸਣਾ ਹੈ ਕਿ ਨਿਊ ਦਿੱਲੀ ਦਾ ਕਿਹੜਾ ਰੈਂਕ ਹੈ ਜੀ ਇਹਨਾਂ ਚਾਰਾਂ ਵਿੱਚੋਂ ਜੋ ਗਲੋਬਲ ਪ੍ਰਾਈਮ ਰੈਜ਼ੀਡੈਂਸ਼ੀਅਲ ਇੰਡੈਕਸ 2021 ਦਾ ਹੈ ਠੀਕ ਹੈ ਤਾਂ ਇਸ ਵਿੱਚ ਜੋ ਬੇਸਿਕਲੀ ਜੋ ਪ੍ਰਾਪਰਟੀ ਹੈ ਤਾਂ ਪ੍ਰਾਪਰਟੀ ਬਾਰੇ ਗੱਲ ਕੀਤੀ ਜਾ ਰਹੀ ਹੈ ਕਿ ਇੱਕ ਸਾਲ ਵਿੱਚ ਪ੍ਰਾਪਰਟੀ ਦੇ ਰੇਟ ਕਿੰਨੇ ਵਧੇ ਜਾਂ ਘਟੇ ਹਨ ਤਾਂ ਨੰਬਰ 1 ਤੇ ਹੈ ਜੀ ਚਾਈਨਾ ਦਾ ਸ਼ੈਂਜਨ ਤਾਂ ਇੱਥੇ ਪ੍ਰੋਪਰਟੀ ਦੇ ਰੇਟ 18.9% ਵਧੇ ਹਨ ਠੀਕ ਹੈ ਤਾਂ ਦੂਜੇ ਨੰਬਰ ਤੇ ਹੈ ਜੀ ਸ਼ੰਘਾਈ ਇੱਥੇ ਵੀ ਵਧੇ ਹਨ ਕੌਂਜਾਊ ਚ ਵੀ ਵਧੇ ਹਨ ਠੀਕ ਹੈ ਬੈਂਕ ਬੈਂਕਓਵਰ ਕੈਨੇਡਾ ਚ ਵੀ ਵਧੇ ਹਨ ਠੀਕ ਹੈ ਸਿਓਲ ਜੋ ਕਿ ਸਾਊਥ ਕੋਰੀਆ ਦੀ ਰਾਜਧਾਨੀ ਹੈ ਇੱਥੇ ਵੀ ਪ੍ਰੋਪਰਟੀ ਦੇ ਪ੍ਰਾਈਸ ਵਧੇ ਹਨ ਜਦ ਕਿ ਆਪਣੇ ਇੰਡੀਆ ਦੇ ਵਿੱਚ ਪਿਛਲੇ 1 ਸਾਲ ਵਿੱਚ ਪ੍ਰੋਪਰਟੀ ਦੇ ਪ੍ਰਾਈਸ ਘਟੇ ਹਨ ਜਿਵੇਂ ਦਿੱਲੀ ਵਿੱਚ -0.2 ਘਟਿਆ ਹੈ ਠੀਕ ਹੈ ਜੀ ਤੇ ਮੁੰਬਈ ਵਿੱਚ 1.5% ਕਟਿਆ ਹੈ ਜੀ ਅਤੇ ਬੰਗਲੂਰੂ ਵਿੱਚ 2.7% ਕਟਿਆ ਹੈ ਤੇ ਇਹਨਾਂ ਦੀ ਰੈਂਕ ਕੀ ਹੈ ਜੀ ਦਿੱਲੀ ਦੀ ਰੈਂਕ ਹੈ ਜੀ 32 ਠੀਕ ਹੈ ਅਤੇ 36 ਹੈ ਜੀ ਮੁੰਬਈ ਦੀ ਠੀਕ ਹੈ ਅਤੇ ਬੰਗਲੂਰੂ ਦੀ ਰੈਂਕ ਕੀ ਹੈ ਜੀ ਜੋ ਗਲੋਬਲ ਪ੍ਰਾਈਮ ਰੈਜ਼ੀਡੈਂਸ਼ੀਅਲ ਇੰਡੈਕਸ 2021 ਦਾ ਆਇਆ ਹੈ ਸ ਵਿੱਚ ਬੰਗਲੂਰੂ ਦੀ ਰੈਂਕ ਹੈ ਜੀ 40 ਠੀਕ ਹੈ ਤਾਂ ਤੁਸੀਂ ਦਿੱਲੀ ਦੀ ਰੈਂਕ ਯਾਦ ਰੱਖੋ ਦਿੱਲੀ ਦੀ ਰੈਂਕ ਹੈ ਜੀ 32nd ਠੀਕ ਹੈ ਐਂਡ 36th ਹੈ ਜੀ ਆਪਣੀ ਮੁੰਬਈ ਦੀ ਠੀਕ ਹੈ ਜੀ ਸੋ ਵੱਧਦੇ ਹਾਂ ਜੀ ਆਪਾਂ ਆਪਣੇ ਨੈਕਸਟ ਕੁਐਸਚਨ ਦੇ ਵੱਲ ਸੋ ਵਿਚ ਆਈਕੋਨਿਕ ਪਰਸਨ ਹੈਜ਼ ਰੀਸੈਂਟਲੀ ਡਿਸਕਲੋਸਡ ਸਫਰਿੰਗ ਫਰੋਮ ਐਸਪਰਗਰ ਸਿੰਟਮ ਸੋ ਐਸਪਰਜਸ ਦਾ ਸੋ ਸਿੰਡਰੋਮ ਹੈ ਤਾਂ ਇਸ ਦੇ ਤਹਿਤ ਜੋ ਵਿਅਕਤੀ ਹੁੰਦਾ ਹੈ ਉਹ ਆਪਣੇ ਸਮਾਜਿਕ ਸਬੰਧ ਬਣਾਉਣਾ ਉਸ ਨੂੰ ਬੰਦ ਕਰ ਦਿੰਦਾ ਹੈ ਠੀਕ ਹੈ ਤਾਂ ਐਲਨ ਮਸਕ ਠੀਕ ਹੈ ਜੋ ਵਿਸ਼ਵ ਦੇ ਦੂਜੇ ਸਭ ਤੋਂ ਜ਼ਿਆਦਾ ਅਮੀਰ ਬੰਦੇ ਹਨ ਇਹਨਾਂ ਨੇ ਹਾਲ ਹੀ ਦੇ ਵਿੱਚ ਅਨਾਉਂਸ ਕੀਤਾ ਹੈ ਕਿ ਇਹਨਾਂ ਨੂੰ ਐਸਪਰਜਰ ਸਿੰਡਰੋਮ ਹੈ ਠੀਕ ਹੈ ਇਹ ਕਹਿੰਦੇ ਹਨ ਕਿ ਮੈਂ ਲੋਕਾਂ ਨਾਲ ਸਬੰਧ ਨਹੀਂ ਬਣਾ ਪਾਉਂਦਾ ਠੀਕ ਹੈ ਮੈਂ ਇਕੱਲਾ ਰਹਿਣਾ ਜ਼ਿਆਦਾ ਪਸੰਦ ਕਰਦਾ ਹਾਂ ਤਾਂ ਬੇਸਿਕਲੀ ਜੋ ਤਾਰੇ ਜ਼ਮੀਨ ਦੀ ਫਿਲਮ ਵਿੱਚ ਵੀ ਤੁਸੀਂ ਦਖਸ਼ ਵੇਖਿਆ ਹੋਣਾ ਉਸ ਨੂੰ ਵੀ ਇਸ ਤਰ੍ਹਾਂ ਦਾ ਇੱਕ ਸਿੰਡਰੋਮ ਸੀ ਠੀਕ ਹੈ ਉਸੇ ਉਸੇ ਹੀ ਕੈਟਾਗਰੀ ਵਿੱਚ ਹੈ ਜੀ ਏਐਸਪਰ ਜਸ ਸਿੰਡਰੋਮ ਸੋ ਦੈਨ ਆਪਾਂ ਆਪਣੇ 13th ਕੁਐਸਚਨ ਦੀ ਗੱਲ ਕਰਦੇ ਹਾਂ ਜੀ ਤਾਂ ਵਿੱਚ ਕੰਟਰੀ ਹੈਜ਼ ਰੀਸੈਂਟਲੀ ਅਚੀਵਡ ਸਕਸੈਸ ਇਨ ਮੇਕਿੰਗ ਕੋਰੋਨਾ ਸਿੰਗਲ ਡੋਸ ਵੈਕਸੀਨ ਠੀਕ ਹੈ ਸਪੂਤਨਿਕ 20 ਦੀ ਆਪਾਂ ਗੱਲ ਕਰਦੇ ਸੀ ਠੀਕ ਹੈ ਇਹ ਕੋਰੋਨਾ ਰਸ਼ੀਆ ਦੀ ਵੈਕਸੀਨ ਹੈ ਠੀਕ ਹੈ ਸਭ ਤੋਂ ਪਹਿਲੀ ਵੈਕਸੀਨ ਜੋ ਰਸ਼ੀਆ ਨੇ ਬਣਾਈ ਸੀ ਠੀਕ ਹੈ ਉਹ ਸਪੂਤਨਿਕ 20 ਸੀ ਪਰ ਹੁਣ ਰਸ਼ੀਆ ਨੇ ਬਣਾਈ ਹੈ ਜੀ ਸਪੂਤਨਿਕ ਵੀ ਲਾਈਟ ਠੀਕ ਹੈ ਸਪੂਤਨਿਕ ਵੀ ਲਾਈਟ ਅਤੇ ਜੋ ਸਪੂਤਨਿਕ ਵੀ ਆਪਣੀ ਲਾਈਟ ਹੈ ਇਸ ਦੀ ਸਿਰਫ ਇੱਕ ਡੋਜ਼ ਲੱਗੇਗੀ ਠੀਕ ਹੈ ਇਸ ਦੀ ਸਿਰਫ ਇੱਕ ਡੋਜ਼ ਹੀ ਲੱਗੇਗੀ ਠੀਕ ਹੈ ਅਤੇ ਇਹ ਪਹਿਲੀ ਵਿਸ਼ਵ ਵਿੱਚ ਸਿੰਗਲ ਡੋਜ਼ ਵੈਕਸੀਨ ਬਣੀ ਹੈ ਜੀ ਠੀਕ ਹੈ ਅਤੇ ਰਸ਼ੀਆ ਨੇ ਇਸ ਨੂੰ ਬਣਾਇਆ ਹੈ ਸੋ ਦੈਨ ਆਪਾਂ ਗੱਲ ਕਰਦੇ ਹਾਂ ਜੀ ਆਪਨੇ 14th ਕੁਐਸਚਨ ਦੀ ਤਾਂ ਵਿਚ ਸਟੇਟ ਗਵਰਨਮੈਂਟ ਹੈਜ਼ ਅਪਰੂਵਡ ਦਾ ਯੂਜ਼ ਆਫ ਆਈਵਰਮੈਕਟਿਨ ਓਨ ਆਲ above 18 years of age corona infected patients on 20, 10 may 2021 which who is opposing ta eh dawai hai ji ivermectin theek hai 3 mg di eh dawai hundi hai ate kedi state ne inna charan vich dassna hai kedi state ne is di varton nu manzoori de deti hai par who hai jo world health organization hai usda virodh kar reha hai tab goa ne manzoori de deti hai ki 18 saal to utte ਜੋ ਵੀ ਕਰੋਨਾ ਇਨਫੈਕਟਡ ਪਰਸਨ ਹਨ ਉਹਨਾਂ ਨੂੰ ਆਈਵਰਮੈਕਟਿਨ ਦੀ ਗੋਲੀ ਦੇਣੀ ਚਾਹੀਦੀ ਹੈ ਠੀਕ ਹੈ ਤਾਂ ਪਰ WHO ਇਸ ਤੋਂ ਵਿਰੋਧ ਕਰ ਰਿਹਾ ਹੈ ਪਰ ਕਾਫੀ ਪਾਸੇ ਦੇਖਿਆ ਗਿਆ ਹੈ ਕਿ ਆਈਵਰਮੈਕਟਿਨ ਨਾਲ ਕਾਫੀ ਵਧੀਆ ਰਿਜ਼ਲਟ ਆਪਾਂ ਨੂੰ ਮਿਲ ਰਹੇ ਹਨ ਠੀਕ ਹੈ ਹਾਲਾਂਕਿ ਮੈਂ ਆਪ ਵੀ ਖਾਧੀ ਸੀ ਆਈਵਰਮੈਕਟਿਨ ਠੀਕ ਹੈ ਜੀ ਸੋ ਦੈਨ ਆਪਣਾ 15ਵਾਂ ਕੁਐਸਚਨ ਹੈ ਤਾਂ ਇਸ ਬਾਰੇ ਆਪਾਂ ਪਿਛਲੀ ਵੀਡੀਓ 'ਚ ਵੀ ਡਿਸਕਸ ਕੀਤਾ ਸੀ ਕਿ ਮਨੋਸ ਜਦਾਸ ਇੰਟਰਨੈਸ਼ਨਲ ਲਿਟਰੇਚਰ ਅਵਾਰਡ ਕਿਹੜੀ ਸਟੇਟ ਦੇਗੀ ਜੀ ਤਾਂ ਇਹ ਜੋ ਅਵਾਰਡ ਦੇਗੀ ਜੀ ਇਹ ਦੇਗੀ ਜੀ Odisha ਦੀ ਸਟੇਟ ਠੀਕ ਹੈ ਕਮਨੋਜ ਦਾਸ ਜੋ ਕਿ ਲਿਟਰੇਚਰ ਨਾਲ ਜੁੜਿਆ ਕਾਫੀ ਵੱਡਾ ਨਾਮ ਹੈ ਜੀ ਠੀਕ ਹੈ ਇਹਨਾਂ ਨੂੰ 2020 ਵਿੱਚ ਪਦਮ ਵਿਭੂਸ਼ਣ ਵੀ ਮਿਲਿਆ ਠੀਕ ਹੈ 2020 ਵਿੱਚ ਪਦਮ ਭੂਸ਼ਣ ਮਿਲਿਆ ਠੀਕ ਹੈ ਜੀ ਤਾਂ ਇਸ ਤਿਹ ਤਹ ਤੁਹਾਨੂੰ ਪਤਾ ਹੈ ਕਿ 10 ਲੱਖ ਦਾ ਪ੍ਰਾਈਜ਼ ਵੀ ਦੇਗੀ ਜੀ ਆਪਣੀ ਜੋ ਉੜੀਸਾ ਸਰਕਾਰ ਹੈ ਮਨੋਜ ਦਾਸ ਇੱਕ ਇੰਗਲਿਸ਼ ਦੇ ਲੇਖਕ ਸਨ ਠੀਕ ਹੈ ਇੰਗਲਿਸ਼ ਦੇ ਲੇਖਕ ਸਨ ਸੋ ਦੈਨ ਆਪਾਂ ਆਪਣੇ 16ਵੇਂ ਕੁਐਸਚਨ ਦੀ ਗੱਲ ਕਰਦੇ ਹਾਂ ਜੀ ਕਹੇ ਵੇਅਰ ਵਾਸ ਦਾ ਫਰਸਟ ਬ੍ਰਿਕਸ ਈਡਬੀਜੀ ਮੀਟਿੰਗ ਹੈਲਡ ਰੀਸੈਂਟਲੀ ਤਬ ਬ੍ਰਿਕਸ ਦੀ ਜੋ এমਪਲੋਇਮੈਂਟ ਵਿੰਗ ਨਾਲ ਰਿਲੇਟਡ ਯਾਨੀ ਜੋ ਆਪਾਂ ਇੰਪਲੋਇਮੈਂਟ ਪੈਦਾ ਕਰਨੀ ਹੈ ਸੋ ਉਸ ਨਾਲ ਰਿਲੇਟਡ ਇੱਕ ਮੀਟਿੰਗ ਹੋਈ ਸੀ ਬ੍ਰਿਕਸ ਦੀ ਨਿਊ ਦਿੱਲੀ ਨਿਊ ਦਿੱਲੀ ਇੱਥੇ ਗਿਆ ਸਾਰੇ ਕੋਈ ਆਏ ਨਹੀਂ ਸੀ ਇੱਕ ਵਰਚੁਅਲ ਮੀਟਿੰਗ ਸੀ ਬ੍ਰਿਕਸ ਦੇ ਲੋਕਾਂ ਦੀ ਯਾਨੀ ਬ੍ਰਿਕਸ ਵਿੱਚ ਤੁਹਾਨੂੰ ਪਤਾ ਹੀ ਹੈ ਬ੍ਰਾਜ਼ੀਲ ਰਸ਼ੀਆ ਇੰਡੀਆ ਚਾਈਨਾ ਠੀਕ ਹੈ ਇਹ ਸਾਰੇ ਸਾਊਥ ਅਫਰੀਕਾ ਇਹ ਸਾਰੇ ਸ਼ਾਮਿਲ ਹਨ ਠੀਕ ਹੈ ਅਗਰ 2009 ਵਿੱਚ ਇਸ ਵਿੱਚ ਸਾਊਥ ਅਫਰੀਕਾ ਸ਼ਾਮਿਲ ਹੋਇਆ ਸੀ ਬੇਸਿਕਲੀ ਇਸ ਦੀ ਸਥਾਪਨਾ 2007 ਵਿੱਚ ਹੋਈ ਸੀ ਤਾਂ ਇਸ ਮੀਟਿੰਗ ਵਿੱਚ ਸ਼੍ਰੀ ਅਪੂਰਵ ਚੰਦਰਾ ਜੋ ਕਿ ਸੈਕਟਰੀ ਹਨ ਲੇਬਰ ਐਂਡ এমਪਲੋਇਮੈਂਟ ਦੇ ਉਹਨਾਂ ਨੇ ਇਸ ਵਿੱਚ ਇਸ ਦੀ ਚੇਅਰ ਪਰਸਨ ਕੀਤਾ ਠੀਕ ਹੈ ਉਹ ਉਹਨਾਂ ਨੇ ਇਸ ਦੀ ਪ੍ਰਧਾਨਗੀ ਕੀਤੀ ਠੀਕ ਹੈ ਜੀ ਸ਼੍ਰੀ ਅਪੂਰਵਾ ਚੰ드ਰਾਜੀ ਠੀਕ ਹੈ ਠੀਕ ਹੈ ਤਾਂ ਇਹ ਜੋ ਬ੍ਰਿਕਸ ਈਡਬੀਜੀ ਸੀ ਤਾਂ ਇਹ ਜੋ ਮੀਟਿੰਗ ਸੀ ਇਹ ਬੇਸਿਕਲੀ ਰੁਜ਼ਗਾਰ ਨਾਲ ਸੰਬੰਧਿਤ ਸੀ ਸੋ ਦੈਨ ਆਪਾਂ ਗੱਲ ਕਰਦੇ ਹਾਂ ਜੀ 17th ਕੁਐਸਚਨ ਦੀ ਤਾਂ ਮਾਈ ਫਲਾਵਰ 400 ਇਹ ਹੈ ਜੀ ਮਾਈ ਫਲਾਵਰ 400 ਤਾਂ ਏ ਜੋ ਹੈ ਇਹ ਪੂਰਾ ਅਟਲੈਂਟਿਕ ਓਸ਼ਨ ਪਾਰ ਕਰੇਗਾ ਅਟਲੈਂਟਿਕ ਓਸ਼ਨ ਜੋ ਹੈ ਆਪਣਾ ਏ ਐਸ ਸ਼ੇਪ ਦਾ ਇੱਕ ਸਾਗਰ ਹੈ ਜੀ ਆਪਣਾ ਅਟਲੈਂਟਿਕ ਓਸ਼ਨ ਠੀਕ ਹੈ ਇਹ ਮੈ ਫਲਾਵਰ ਜੋ ਹੈ ਇੱਕ ਅਨਮੈਂਡ ਵੈਸਲ ਹੈ ਯਾਨੀ ਇਸ ਵਿੱਚ ਆਦਮੀ ਨਹੀਂ ਬੈਠੇਗਾ ਇਸ ਨੂੰ ਕੈਮਰੇਜ਼ ਨਾਲ ਜਿਵੇਂ ਇਹ ਚੱਲ ਰਿਹਾ ਹੈ ਇਸ ਦੀ ਅੱਖਾਂ ਕੈਮਰਾ ਹੀ ਹੈ ਠੀਕ ਹੈ ਅਤੇ ਅਨਮੈਂਡ ਵੈਸਲ ਹੈ ਅਤੇ ਅਟਲੈਂਟਿਕ ਸਾਗਰ ਨੂੰ ਪਾਰ ਕਰੇਗਾ ਠੀਕ ਹੈ ਜੀ ਤਾਂ WhatsApp ਗਰੁੱਪਸ ਦਾ ਹਿੱਸਾ ਬਣਨ ਲਈ ਸਿੰਪਲੀ ਤੁਸੀਂ ਆਪ ਦਾ ਨੇਮ ਲਿਖਣਾ ਹੈ ਆਪ ਦਾ ਪੇਪਰ ਠੀਕ ਹੈ ਆਪ ਦੀ ਸਿਟੀ ਐਂਡ ਮੇਲ ਫੀਮੇਲ ਵੀ ਤੁਸੀਂ ਮੈਂਸ਼ਨ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਸੈਪਰੇਟ ਗਰੁੱਪਸ ਵਿੱਚ ਤੁਹਾਨੂੰ ਐਡ ਕੀਤਾ ਜਾਵੇ ਠੀਕ ਹੈ ਜੀ ਤੋਂ ਐਂਟੀਟੀ ਦੇ ਕੋਰਸ ਚੱਲ ਰਹੇ ਹਨ 10 ਸਬਜੈਕਟਸ ਦਾ ਵੀ ਕੋਰਸ ਅਵੇਲੇਬਲ ਹੈ ਅਤੇ 60 ਨੰਬਰਾਂ ਦਾ ਕੋਰਸ ਵੀ ਤੁਸੀਂ ਤਿਆਰੀ ਕਰ ਸਕਦੇ ਹੋ ਸੀਡੀਪੀ ਕਰਿਕੂਲਮ ਪੋਲਿਸੀਜ਼ ਐਂਡ ਪ੍ਰੋਗਰਾਮਸ ਠੀਕ ਹੈ ਜੀ ਤੋਂ ਦੈਨ ਗੱਲ ਕਰਦੇ ਹਾਂ ਜੀ ਆਪਾਂ ਆਪਣੇ 18th ਕੁਐਸਚਨ ਦੀ ਕਵਿਚ ਕੰਟਰੀ ਹੈਜ਼ ਰੀਸੈਂਟਲੀ ਅਨਾਉਂਸਡ ਦਾ ਐਸਟੈਬਲਿਸ਼ਮੈਂਟ ਆਫ ਡਿਵਾਈਡਿੰਗ ਲਾਈਨ ਔਨ ਮਾਉਂਟ ਐਵਰੇਸਟ ਮਾਉਂਟ ਐਵਰੇਸਟ ਤੇ ਇੱਕ ਡਿਵਾਈਡਿੰਗ ਲਾਈਨ ਸਥਾਪਿਤ ਕਰਨ ਦੀ ਕਿਸ ਨੇ ਗੱਲ ਕਹੀ ਹੈ ਤਾਂ ਕਰੋਨਾ ਤੋਂ ਬਚਾਅ ਕਰਨ ਲਈ ਚਾਈਨਾ ਕਹਿ ਰਿਹਾ ਹੈ ਕਿ ਅਸੀਂ ਮਾਉਂਟ ਐਵਰੇਸਟ ਤੇ ਇੱਕ ਵਿਭਾਜਨ ਰੇਖਾ ਇੱਕ ਡਿਵਾਈਡਿੰਗ ਲਾਈਨ ਸਥਾਪਿਤ ਕਰਾਂਗੇ ਤਾਂ ਕਿ ਜੋ ਉੱਥੋਂ ਦੇ ਲੋਕ ਹਨ ਉਹ ਮਾਉਂਟ ਐਵਰੇਸਟ ਤੋਂ ਪਾਰ ਕਰਕੇ ਸਾਡੀ ਚਾਈਨਾ ਦੀ ਸਾਈਡ ਵੱਲ ਨਾ ਉਤਰ ਜਾਣ ਠੀਕ ਹੈ ਤਾਂ ਬੇਸਿਕਲੀ ਜਿਸ ਨੇ ਕਰੋਨਾ ਫੈਲਾਇਆ ਉਹ ਹੁਣ कोरोना ਤੋਂ بچਣ ਲਈ ਇੱਕ ਡਿਵਾਈਡਿੰਗ ਲਾਈਨ ਹੀ ਸਥਾਪਿਤ ਕਰਨ ਜਾ ਰਿਹਾ ਹੈ ਠੀਕ ਹੈ ਜੀ ਉਹ ਵੀ ਮਾਉਂਟ ਐਵਰੇਸਟ ਤੋਂ ਦੈਨ ਆਪਾਂ 19th ਕੁਐਸਚਨ ਦੀ ਗੱਲ ਕਰ ਲੈਨੇ ਹਾਂ ਤਾਂ ਰੀਸੈਂਟਲੀ ਜੇ ਫਰਸਟ ਪਰਸਨ ਆਫ ਇੰਡੀਅਨ origin who has won the 15th शेख ਜਾਇਦ ਬੁੱਕ ਅਵਾਰਡ ਤਾਂ 15ਵਾਂ शेख ਜਾਇਦ ਬੁੱਕ ਜੋ ਪੁਰਸਕਾਰ ਹੈ ਇੱਕ ਇੰਡੀਅਨ origin ਦੇ ਕਸ਼ੀਤ ਨੇ ਜਿੱਤਿਆ ਹੈ ਤਾਂ ਉਹਨਾਂ ਦਾ ਨਾਮ ਹੈ ਜੀ ਤਾਹਿਰਾ ਕਤਬੁਦੀਨ ਠੀਕ ਹੈ ਤੇ ਇਹਨਾਂ ਨੇ ਜਿੱਤਿਆ ਹੈ ਜੀ 15ਵਾਂ ਸ਼ੇਖ ਜਾਇਦ ਬੁੱਕ ਪੁਰਸਕਾਰ ਠੀਕ ਹੈ ਤੇ ਇਹ ਜੋ ਪੁਰਸਕਾਰ ਹੈ ਇਸ ਨੂੰ ਨੋਬਲ ਆਫ ਦਾ ਅਰਬ ਵਰਲਡ ਵੀ ਕਿਹਾ ਜਾਂਦਾ ਹੈ ਠੀਕ ਹੈ ਜੀ ਨੋਬਲ ਆਫ ਦਾ ਅਰਬ ਵੀ ਕਿਹਾ ਜਾਂਦਾ ਹੈ ਠੀਕ ਹੈ ਨੋਬਲ ਆਫ ਦਾ ਅਰਬ ਠੀਕ ਹੈ ਅਰਬ ਕੰਟਰੀਜ਼ ਇਸ ਨੂੰ ਦਿੰਦੀਆਂ ਹਨ ਜਾਇਦ ਪੁਰਸਕਾਰ ਯੂਏਈ ਵੱਲੋਂ ਬੇਸਿਕਲੀ ਦਿੱਤਾ ਜਾਂਦਾ ਹੈ ਤਾਂ ਇਹਨਾਂ ਨੂੰ ਅਵਾਰਡ ਮਿਲਿਆ ਜੀ ਜਾਇਦ ਬੁੱਕ ਅਵਾਰਡ ਕਿਸ ਬੁੱਕ ਲਈ ਅਰੈਬਿਕ ਓਰੇਸ਼ਨ ਆਰਟ ਐਂਡ ਫੰਕਸ਼ਨ ਠੀਕ ਹੈ ਤਾਂ ਇਹ ਪੁਸਤਕ ਦਾ ਨਾਮ ਹੈ ਜੀ ਤੁਸੀਂ ਦੇਖ ਸਕਦੇ ਹੋ ਅਰੈਬਿਕ ਓਰੇਸ਼ਨ ਆਰਟ ਐਂਡ ਫੰਕਸ਼ਨ ਸੋ ਇਸ ਲਈ ਇਹਨਾਂ ਨੂੰ ਮਿਲਿਆ ਜੀ ਜਾਇਦ ਪੁਰਸਕਾਰ ਠੀਕ ਹੈ ਤੇ ਯੂਏਈ ਦਾ ਜੋ ਸਰਵੋੱਚ ਸਨਮਾਨ ਹੈ ਠੀਕ ਹੈ ਯੂਏਈ ਦਾ ਸਰਵੋੱਚ ਸਨਮਾਨ ਹੈ ਉਹ ਵੀ ਜਾਇਦ ਪੁਰਸਕਾਰ ਹੈ ਠੀਕ ਹੈ ਅਧਨ ਨਰੇਂਦਰ ਮੋਦੀ ਜੀ ਨੂੰ ਵੀ ਮਿਲਿਆ ਹੈ ਜੀ ਜਾਇਦ ਪੁਰਸਕਾਰ ਠੀਕ ਹੈ ਅਤੇ ਜੋ ਆਪਾਂ ਮੈਥ ਦਾ ਨੋਬਲ ਪੁਰਸਕਾਰ ਦੀ ਗੱਲ ਕਰੀਏ ਮੈਥ ਦਾ ਨੋਬਲ ਪੁਰਸਕਾਰ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਸਿੰਪਲ ਇੱਕ ਫੈਕਟ ਹੈ ਮੈਥ ਦਾ ਜੋ ਨੋਬਲ ਪੁਰਸਕਾਰ ਹੈ ਉਹ ਕਿਸ ਨੂੰ ਕਿਹਾ ਜਾਂਦਾ ਹੈ ਉਹ ਹੈ ਜੀ ਏਬਲ ਪੁਰਸਕਾਰ ਠੀਕ ਹੈ ਏਬਲ ਪੁਰਸਕਾਰ ਥੈਨ ਆਪਾਂ ਆਪਣੇ 20th ਕੁਐਸਚਨ ਦੀ ਗੱਲ ਕਰਦੇ ਹਾਂ ਰੀਸੈਂਟਲੀ ਵੂ डोनेटेड 15 मिलियन डॉलर टू सॉल्व कोविड-19 क्राइसिस इन इंडिया तो 15 मिलियन डॉलर ਦਾ ਦਾਨ ਕਿਸ ਨੇ ਦਿੱਤਾ ਹੈ ਇੰਡੀਆ ਨੂੰ ਤਾਂ ਕਿ ਕੋਵਿਡ-19 ਦੇ ਕ੍ਰਾਈਸਿਸ ਨੂੰ ਸੋਲ ਕੀਤਾ ਜਾਵੇ ਤਾਂ ਟਵਿੱਟਰ ਨੇ ਦਿੱਤਾ ਹੈ ਜੀ ਪਰ ਹਾਲ ਹੀ ਦੇ ਵਿੱਚ ਟਵਿੱਟਰ ਨਾਲ ਭਾਰਤ ਸਰਕਾਰ ਦੀ ਕਾਫੀ ਅਣਬੰਦ ਚੱਲ ਰਹੀ ਹੈ ਠੀਕ ਹੈ ਠੀਕ ਹੈ ਟਵਿੱਟਰ ਦੇ ਸੀਈਓ ਕੌਣ ਹਨ ਜੈਕ ਡੋਰਸੀ ਠੀਕ ਹੈ ਜੈਕ ਡੋਰਸੀ ਟਵਿੱਟਰ ਦੇ ਸੀਈਓ ਹਨ ਠੀਕ ਹੈ ਫੇਸਬੁੱਕ ਦੇ ਸੀਈਓ ਕੌਣ ਹਨ ਮਾਰਕ ਜੈਕਰਬਰਗ ਠੀਕ ਹੈ ਮਾਰਕ ਜਕਰਬਰਗ ਅਤੇ ਗੂਗਲ ਦੇ ਸੀਈਓ ਕੌਣ ਹਨ ਸੁੰਦਰ ਪਿਚਾਈ ਗੂਗਲ ਦੀ ਪੈਰੈਂਟ ਕੰਪਨੀ ਕਿਹੜੀ ਹੈ ਜੀ ਅਲਫਾਬੈਟ ਠੀਕ ਹੈ ਅਲਫਾਬੈਟ ਨੇ ਬਣਾਇਆ ਸੀ ਜੀ ਗੂਗਲ ਦੈਨ ਆਪਣਾ 21ਵਾਂ ਕੁਐਸਚਨ ਹੈ ਕਿ who was recently appointed as the MD and CEO of Godrej Consumer the Godrej Consumer ਦੇ MD and CEO ਕਿਸ ਨੂੰ ਬਣਾਇਆ ਗਿਆ ਹੈ ਤਾਂ ਸੁਧੀਰ ਸੀਤਾਪਤੀ ਜੀ ਨੂੰ ਸੁਧੀਰ ਸੀਤਾਪਤੀ ਜੀ ਨੂੰ गोदरेज कंज्यूमर ਦਾ ਐਮ ਡੀ ਐਂਡ ਸੀਈਓ ਬਣਾਇਆ ਗਿਆ ਹੈ ਠੀਕ ਹੈ ਜੀ ਥੈਨ ਆਪਣਾ ਬਾਈਮਾ ਕੁਐਸਚਨ ਹੈ ਅਕੋਰਡਿੰਗ ਟੂ ਵਿਚ ਕੰਟਰੀ ਇਸ ਪੋਪੂਲੇਸ਼ਨ ਐਕਸਪਰਟ ਤਾਂ ਕਿਹੜੀ ਕੰਟਰੀ ਦੇ ਜੋ ਜਨਸੰਖਿਆ ਮਾਹਿਰ ਉਹ ਕਹਿ ਰਹੇ ਹਨ ਕਿ ਜੋ ਆਪਣਾ ਭਾਰਤ ਹੈ ਇਹ ਵਿਸ਼ਵ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ 2024 ਵਿੱਚ ਹੀ ਬਣ ਜਾਏਗਾ ਠੀਕ ਹੈ ਤਾਂ ਇਹ ਕਹਿ ਰਿਹਾ ਹੈ ਜੀ ਚਾਈਨਾ ਚਾਈਨਾ ਦੇ ਜੋ ਪੋਪੂਲੇਸ਼ਨ ਵਾਲੇ ਐਕਸਪਰਟ ਹਨ ਤਾਂ ਉਹ ਕਹਿ ਰਹੇ ਹਨ ਕਿ 2024 ਵਿੱਚ ਭਾਰਤ ਚਾਈਨਾ ਨੂੰ ਪਾਸ ਕਰ ਦੇਗਾ ਅਤੇ ਵਿਸ਼ਵ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਦੇਸ਼ ਬਣ ਜਾਏਗਾ ਕਿਉਂਕਿ ਚਾਈਨਾ ਕਹਿ ਰਿਹਾ ਹੈ ਕਿ ਸਾਡੀ ਜੋ ਹੈ ਜਨਮ ਦਰ ਘਟ ਗਈ ਹੈ ਠੀਕ ਹੈ ਤਾਂ ਇਹ ਕਹਿ ਰਿਹਾ ਹੈ ਕਿ ਭਾਰਤ ਜਲਦੀ ਹੀ ਸਾਨੂੰ 2024 ਵਿੱਚ ਪਿੱਛੇ ਕਰ ਦੇਗਾ ਬੇਸਿਕ ਪਰ ਇਸ ਵਿੱਚ ਨੰਬਰ 1 ਆਨ ਦਾ ਆਪਾਂ ਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਹੋਣਾ ਆਪਾਂ ਨੂੰ ਆਪਾਂ ਨੂੰ ਟੈਕਨੋਲੋਜੀ ਵਿੱਚ ਆਰਥਿਕਤਾ ਵਿੱਚ ਨੰਬਰ 1 ਕਰਨਾ ਪਏਗਾ ਠੀਕ ਹੈ ਜੀ ਸੋ ਦੈਨ 23ਵਾਂ ਕੁਐਸਚਨ ਹੈ ਜੀ ਆਪਣਾ ਤਾਬੂ ਹੈਜ਼ ਬੀਨ ਸਵੋਨ ਐਜ਼ ਦਾ ਪ੍ਰਾਈਮ ਮਿਨਿਸਟਰ ਆਫ ਨੇਪਾਲ ਫਾਰ ਦਾ 3rd ਟਾਈਮ ਤਾਂ ਇਹਨਾਂ ਨੇ ਹਾਲ ਹੀ ਦੇ ਵਿੱਚ ਸ਼ਪਤ ਲਈ ਸੀ ਜੀ ਕੇ ਪੀ ਸ਼ਰਮਾ ਓਲੀ ਨੇ ਪਰ ਬਹੁਮਤ ਸਾਬਿਤ ਨਹੀਂ ਕਰ ਪਾਏ ਅਤੇ ਹੁਣ ਇਹ ਫਿਰ ਅਸਤੀਫਾ ਇਹਨਾਂ ਨੂੰ ਦੇਣਾ ਪਿਆ ਠੀਕ ਹੈ ਅਤੇ ਨਵੰਬਰ ਵਿੱਚ ਹੋਣਗੇ ਜੀ ਨੇਪਾਲ ਵਿੱਚ ਇਲੈਕਸ਼ਨ ਠੀਕ ਹੈ ਅਤੇ ਵਿਦਿਆ ਦੇਵੀ ਭੰਡਾਰੀ ਨੇਪਾਲ ਦੀ ਰਾਸ਼ਟਰਪਤੀ ਹੈ ਜੀ ਵਿਦਿਆ ਦੇਵੀ ਭੰਡਾਰੀ ਠੀਕ ਹੈ ਨੇਪਾਲ ਦੀ ਰਾਜਧਾਨੀ ਹੈ ਜੀ ਕਾਠਮੰਡੂ ਉੱਥੇ ਹੀ ਹੈ ਜੀ ਜੋ ਆਪਣਾ ਸਾਰਕ ਦੇ ਹੈੱਡਕੁਆਟਰਸ ਹਨ ਜੀ ਕਾਠਮਾਂਡੂ ਦੇ ਵਿੱਚ ਦੈਨ ਆਪਾਂ 24ਵੇਂ ਕੁਐਸਚਨ ਦੀ ਗੱਲ ਕਰਦੇ ਹਾਂ ਜੀ ਆਪਣੇ ਤਾਂ 12th ਮਈ 2021 ਬਲਜੀਤ ਕੋਰ ਬਿਕਮ ਦਾ ਫਰਸਟ ਔਮਨ ਇਨ ਦਾ ਕੰਟਰੀ ਟੂ ਰੀਚ ਪੀਕ ਪਾਮੋਰੀ ਤੇ ਇਹ ਜੋ ਹੈ ਜੀ ਇਹ ਪਾਮੋਰੀ ਚੋਟੀ ਹੈ ਜੀ ਠੀਕ ਹੈ ਅਤੇ ਇਸ ਦੀ ਜੋ ਪਾਮੋਰੀ ਚੋਟੀ ਹੈ ਇਸ ਦੀ ਹਾਈਟ ਹੈ ਜੀ 7161 ਮੀਟਰ ਠੀਕ ਹੈ ਤੇ ਬਲਜੀਤ ਕੋਰ ਜੋ ਕਿ ਹਿਮਾਚਲ ਪ੍ਰਦੇਸ਼ ਨਾਲ ਸੰਬੰਧ ਰੱਖਦੇ ਹਨ ਉਹ ਪਹਿਲੀ ਭਾਰਤੀ ਬਣੀ ਹੈ ਜੀ ਪਹਿਲੀ ਔਮਨ ਬਣੀ ਹੈ ਜੀ ਇਸ ਚੋਟੀ ਤੇ ਪਹੁੰਚਣ ਵਾਲੀ ਠੀਕ ਹੈ ਬਲਜੀਤ ਕੋਰ ਠੀਕ ਹੈ ਤਾਂ ਬਲਜੀਤ ਕੋਰ ਤੋਂ ਬਾਅਦ Rajasthan ਦੀ ਵੀ ਇੱਕ ਲੇਡੀ ਉਹਨਾਂ ਦੇ ਨਾਲ ਹੀ ਚੜੀ ਸੀ ਉਹਨਾਂ ਦਾ ਸੈਕਿੰਡ ਰੈਂਕ ਹੈ ਜੀ ਗੁਨਬਾਲਾ ਸ਼ਰਮਾ Rajasthan ਦੀ ਲੇਡੀ ਹੈ ਜੀ ਤਾਂ ਇਹਨਾਂ ਦਾ ਸੈਕਿੰਡ ਹੈ ਜੀ ਸਭ ਤੋਂ ਪਹਿਲੇ ਕੌਣ ਚੜੀ ਹੈ ਜੀ ਬਲਜੀਤ ਕੋਰ ਠੀਕ ਹੈ ਕਮੋਰੀ ਦੀ ਚੋਟੀ ਤੇ ਜਿਸ ਦੀ ਹਾਈਟ ਹੈ ਜੀ 7161 ਮੀਟਰ ਠੀਕ ਹੈ ਅਤੇ ਇਹਨਾਂ ਦਾ ਸਬੰਧ ਹੈ ਜੀ ਹਿਮਾਚਲ ਪ੍ਰਦੇਸ਼ ਦੇ ਨਾਲ ਸੋ ਦੈਨ ਆਪਾਂ ਗੱਲ ਕਰਦੇ ਹਾਂ ਕਿਹਾ ਜਾ ਸਕਦਾ ਹੈ ਇਹ 2021 ਦਾ ਕਾਫੀ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਸੋ ਓਨਲੀ ਇੰਡੀਅਨ ਟੂ ਬੀ ਅਵਾਰਡਡ ਵਿਦ ਵਿਟਲੀ ਅਵਾਰਡ ਔਨ ਮਈ 12 2021 ਸੋ ਵਿਟਲੀ ਅਵਾਰਡ ਪਾਉਣ ਵਾਲੇ ਪਹਿਲੇ ਭਾਰਤੀ ਕੌਣ ਬਣੇ ਹਨ ਤਾਂ ਇਹ ਹਨ ਜੀ ਨੁਕਲੂ ਫੋਰਮ ਠੀਕ ਹੈ ਵਿਟਲੀ ਅਵਾਰਡ ਨੂੰ ਕੀ ਕਿਹਾ ਜਾਂਦਾ ਹੈ ਜੀ ਗ੍ਰੀਨ ਓਸਕਰ ਤਾਂ ਨੁਕਲੂ ਫੋਰਮ ਇਹ ਬਣੇ ਹਨ ਜੀ ਵਿਟਲੀ ਅਵਾਰਡ ਕੌਣ ਵਾਲੇ ਪਹਿਲੇ ਭਾਰਤੀ ਕਿਉਂਕਿ ਇਹਨਾਂ ਨੇ ਸੁਰੱਖਣ ਕੀਤਾ ਸੀ ਜੀ ਅਮੂਰ ਫਾਲਕਨ ਦਾ ਇਹਨਾਂ ਨੂੰ ਹੋਰ ਕੀ ਕਿਹਾ ਜਾਂਦਾ ਨੁਕਲੂ ਫੋਰਮ ਨੂੰ ਅਮੂਰ ਫਾਲਕਨ ਮੈਨ ਆਫ ਇੰਡੀਆ ਠੀਕ ਹੈ ਅਮੂਰ ਫਾਲਕਨ ਅਮੂਰ ਫਾਲਕਨ ਬੇਸਿਕਲੀ ਇੱਕ ਪ੍ਰਵਾਸੀ ਪੰਛੀ ਹੈ ਠੀਕ ਹੈ ਜੋ ਕਿ ਚਾਈਨਾ ਤੋਂ ਉੱਡ ਕੇ ਪਹਿਲੇ ਇੰਡੀਆ ਦੇ ਮੈ ਖਾਲਿਆ ਵਿੱਚ ਆਉਂਦਾ ਹੈ ਠੀਕ ਹੈ ਅਤੇ ਫਿਰ ਉਹ ਬਾਅਦ ਵਿੱਚ ਸਾਊਥ ਅਫਰੀਕਾ ਜਾਂਦਾ ਹੈ ਠੀਕ ਹੈ ਤਾਮੂਰ ਫਾਰਕਨ ਮੈਨ ਆਫ ਇੰਡੀਆ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ ਜੀ ਨੁਕਲੂਫੋਰਮ ਅਤੇ ਇਹਨਾਂ ਨੂੰ ਹਾਲ ਹੀ ਵਿੱਚ ਵਿਟਲੀ ਅਵਾਰਡ ਮਿਲਿਆ ਹੈ ਅਤੇ ਵਿਟਲੀ ਅਵਾਰਡ ਨੂੰ ਆਪਾਂ ਗ੍ਰੀਨ ਓਸਕਰ ਵੀ ਕਹਿੰਦੇ ਹਾਂ ਠੀਕ ਹੈ ਜੀ ਦਨ ਆਪਣਾ 26ਵਾਂ ਕੁਐਸਚਨ ਹੈ ਕਿ ਵਿਚ ਸਟੇਟ ਗਵਰਨਮੈਂਟ ਰੀਸੈਂਟਲੀ ਅਲੋਡ ਵੈਕਸੀਨੇਸ਼ਨ ਵਿਦਆਊਟ ਆਈਡੀ ਪ੍ਰੂਫਸ ਤਾਂ ਇਹ ਇਹ ਤਹ ਜੀ ਉੜੀਸਾ ਨੇ ਤਾਂ ਬੇਸਿਕਲੀ ਜੋ ਕਬੀਲੇ ਦੇ ਵੀ ਲੋਕ ਹੁੰਦੇ ਹਨ ਠੀਕ ਹੈ ਉਹਨਾਂ ਉਹ ਸਮਾਜ ਨਾਲ ਕੱਟੇ ਹੋਏ ਹੁੰਦੇ ਹਨ ਉਹਨਾਂ ਕੋਲ ਆਈਡੀ ਪ੍ਰੂਫਸ ਵਗੈਰਾ ਨਹੀਂ ਹੁੰਦੇ ਤਾਂ ਇਹ ਜੋ ਆਪਣੀ ਉੜੀਸਾ ਗਵਰਨਮੈਂਟ ਹੈ ਇਹਨਾਂ ਨੇ ਕਿਹਾ ਹੈ ਕਿ ਅਸੀਂ ਆਈਡੀ ਪ੍ਰੂਫਸ ਤੋਂ ਵੀ ਬਿਨਾ ਟੀਕਾ ਪ੍ਰੋਵਾਈਡ ਕਰਾਂਗੇ ਠੀਕ ਹੈ ਜੀ ਸੋ ਦੈਨ ਸਾਈਮਰ ਕੁਐਸਚਨ ਹੈ ਜੀ ਤਾਂ ਰੀਸੈਂਟਲੀ ਵਿਚ ਸਟੇਟ ਗਵਰਨਮੈਂਟ ਹੈਜ਼ ਅਨਾਉਂਸ ਟੂ ਗਿਵ ਕੰਸਟ੍ਰਕਸ਼ਨ ਵਰਕਰਸ ਰੁਪੀਏ 3000 ਮੰਥਲੀ ਤਾਂ 3000 ਰੁਪਏ ਮੰਥਲੀ ਦਿੱਤਾ ਜਾਏਗਾ ਜੀ ਕੰਸਟਰਕਸ਼ਨ ਵਰਕਰ ਨੂੰ ਜੋ ਕਿ ਰਜਿਸਟਰਡ ਹਨ ਠੀਕ ਹੈ ਜੋ ਕਿ ਸਰਕਾਰੀ ਰਜਿਸਟਰਡ ਹਨ ਉਹਨਾਂ ਕੰਸਟਰਕਸ਼ਨ ਵਰਕਰ ਨੂੰ 3000 ਰੁਪਏ ਪ੍ਰਤੀ ਮਹੀਨਾ ਦੇਗੀ ਜੀ ਪੰਜਾਬ ਸਰਕਾਰ ਠੀਕ ਹੈ ਜੀ ਅਤੇ ਪੰਜਾਬ ਸਰਕਾਰ ਜੋ ਕੰਸਟਰਕਸ਼ਨ ਵਰਕਰ ਹੈ ਉਹਨਾਂ ਨੂੰ ਵੀ ਕੋਵਿਡ-19 ਦੇ ਟੀਕਿਆਂ ਦੇ ਵਿੱਚ ਵੀ ਪਹਿਲ ਦੇ ਰਹੀ ਹੈ ਠੀਕ ਹੈ ਜੀ ਸੋ ਦੈਨ ਆਪਣਾ ਠਾਈਮਾ ਕੁਐਸਚਨ ਹੈ ਤਾਂ ਇਹ ਬੁੱਕ ਹੈ ਜੀ ਆਪਣੀ ਬੁੱਧਾ ਇਨ ਗੰਧਾਰ ਦਾ ਬੁੱਧਾ ਇਨ ਗੰਧਾਰ ਇਹ ਬੁੱਕ ਤੁਸੀਂ ਦੱਸਣੀ ਹੈ ਇਹ ਕਿਸ ਨੇ ਲਿਖੀ ਹੈ ਤਾਂ ਸੁਨੀਤਾ ≡ ਦ੍ਰਿਵੇਦੀ ਠੀਕ ਹੈ ਸੁਨੀਤਾ ਦ੍ਰਿਵੇਦੀ ਦੀ ਬੁੱਕ ਹੈ ਜੀ ਬੁੱਧਾ ਇਨ ਗੰਧਾਰ ਤਾਂ ਸਿੰਪਲੀ ਤੁਸੀਂ ਨੇਮ ਯਾਦ ਰੱਖਣਾ ਹੈ ਬੁੱਧਾ ਇਨ ਗੰਧਾਰ ਸੁਨੀਤਾ ਦ੍ਰਿਵੇਦੀ ਠੀਕ ਹੈ ਜੀ ਥੈਨ ਆਪਣਾ 29th ਕੁਐਸਚਨ ਹੈ ਜੀ who has appointed the BCCI as the new head head coach of indian women's cricket team ਤਾਂ indian women's ਦੀ ਜੋ cricket team ਹੈ ਉਸਦੇ ਨਵੇਂ ਹੈੱਡ ਦੁਬਾਰਾ ਕਿਸ ਨੂੰ ਬਣਾ ਦਿੱਤਾ ਹੈ ਜੀ ਰਮੇਸ਼ ਪਵਾਰ ਠੀਕ ਹੈ ਰਮੇਸ਼ ਪਵਾਰ ਨੂੰ ਦੁਬਾਰਾ ਹੈੱਡ ਬਣਾ ਦਿੱਤਾ ਗਿਆ indian women's cricket team ਦਾ ਠੀਕ ਹੈ ਤਾਂ ਪਹਿਲਾਂ ਇਹਨਾਂ ਦਾ ਮਿਥਾਲੀ ਰਾਜ ਨਾਲ ਇੱਕ ਝਗੜਾ ਹੋ ਗਿਆ ਸੀ ਸੋ ਉਸ ਤੋਂ ਬਾਅਦ ਇਹਨਾਂ ਨੂੰ ਹਟਾ ਦਿੱਤਾ ਗਿਆ ਅਤੇ ਫਿਰ ਇਹਨਾਂ ਨੂੰ 13 ਮਈ 2021 ਨੂੰ ਦੁਬਾਰਾ ਜੁਆ ਇੰਡੀਅਨ ਔਮਨਸ ਦੀ cricket team ਹੈ ਉਸ ਦਾ ਹੈੱਡ ਕੋਚ ਬਣਾ ਦਿੱਤਾ ਗਿਆ ਠੀਕ ਹੈ ਜੀ then apna 30th question hai heart beat bill was in the news recently it belongs to which country to is sambandhi hai ji apni united states of america na so which basically jist the kafi vivadit bill hai the senate vich pass hon to reh gaya hai bill ate high court ne jo hai isnu ek vivadit bill dassya hai theek hai ate is de tahat jo 4 hafte ਬਾਦ ਠੀਕ ਹੈ ਜਦੋਂ ਬੱਚੇ ਦੀ ਹਾਰਟਬੀਟ ਬਣ ਜਾਂਦੀ ਹੈ ਠੀਕ ਹੈ ਬੱਚੇ ਦੀ ਜਦੋਂ ਹਾਰਟਬੀਟ ਬਣ ਜਾਂਦੀ ਹੈ ਮਮ ਦੇ ਪੇਟ ਵਿੱਚ ਤਾਂ ਉਸ ਤੋਂ ਬਾਅਦ ਅਬੋਰਸ਼ਨ ਕਰਾਇਆ ਨਹੀਂ ਜਾ ਸਕੇਗਾ ਠੀਕ ਹੈ ਉਸ ਤੋਂ ਬਾਅਦ ਅਬੋਰਸ਼ਨ ਨਹੀਂ ਕਰਾਇਆ ਜਾ ਸਕੇਗਾ ਤਾਂ ਇਹ ਬਿਲ ਇਹ ਕਹਿੰਦਾ ਹੈ ਠੀਕ ਹੈ ਜੀ ਸੋ ਦੈਨ 31st ਕੁਐਸਚਨ ਹੈ ਜੀ ਆਪਣਾ ਤਾ ਹੂ ਹੈਸ ਸਟਾਪਡ ਹਾਈਐਸਟ ਗ੍ਰੋਸਿੰਗ ਟੌਪ 10 ਐਥਲੀਟ ਰੀਲੀਜ਼ਡ ਬਾਈ ਫੌਪਸ ਰੀਸੈਂਟਲੀ ਤਾਂ ਇਹ ਜੋ ਵਿਅਕਤੀ ਹੈ ਤੁਹਾਡੀ ਸਕਰੀਨ ਤੇ ਏ ਸਭ ਤੋਂ ਜ਼ਿਆਦਾ ਕਮਾਉਣ ਵਾਲਾ ਖਿਡਾਰੀ ਬਣ ਚੁੱਕਿਆ ਹੈ ਮਤਲਬ ਸਭ ਤੋਂ ਜ਼ਿਆਦਾ ਕਮਾਈ ਕਰ ਰਿਹਾ ਹੈ ਜੀ ਇਹ ਜੋ ਰੈਸਲਰ ਹੈ ਠੀਕ ਹੈ ਆਪਣਾ ਤਾਂ ਇਸ ਦਾ ਨਾਮ ਕੀ ਹੈ ਜੀ ਕੁਨਾਰ ਮੈਗਰੋਰ ਠੀਕ ਹੈ ਕੁਨਾਰ ਮੈਗਰੋਰ ਇਹ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲਾ ਐਥਲੀਟ ਹੈ ਅੱਜ ਦੇ ਸਮੇਂ ਦੇ ਵਿੱਚ ਠੀਕ ਹੈ ਕੁਨਾਰ ਮੈਗਰੋਰ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲਾ ਫੌਬਸ ਦੇ ਅਕੋਰਡਿੰਗ ਐਥਲੀਟ ਹੈ ਜੀ ਕੁਨਾਰ ਮੈਗਰੋ ਠੀਕ ਹੈ ਜੀ ਦੈਨ 32 ਕੁਐਸਚਨ ਦੀ ਗੱਲ ਕਰੀਏ ਤਾਂ WHO ਕਲਾਸੀਫਾਈਡ ਵਿਚ ਵੇਰੀਐਂਟ ਆਫ ਕਰੋਨਾ ਵਾਇਰਸ ਫਸਟ ਰਾਉਂਡ ਆਫ ਇਨ ਇੰਡੀਆ ਐਜ਼ ਅ ਮੈਟਰ ਆਫ ਗਲੋਬਲ ਕਨਸਰਨ ਤਾਂ ਇੰਡੀਆ ਵਿੱਚ ਜੋ ਕਈ ਲੋਕ ਇਸ ਨੂੰ ਇੰਡੀਆ ਵੇਰੀਐਂਟ ਕਹਿ ਰਹੇ ਹਨ ਪਰ ਇਹ ਕਹਿਣਾ ਠੀਕ ਨਹੀਂ ਹੈ ਕਿਉਂਕਿ ਵਾਇਰਸ ਆਪਣੇ ਆਪ ਨੂੰ ਹਮੇਸ਼ਾ ਬਦਲਦਾ ਰਹਿੰਦਾ ਹੈ ਠੀਕ ਹੈ ਤਾਂ ਇੰਡੀਆ ਵਿੱਚ ਜੋ ਨਵਾਂ ਵੇਰੀਐਂਟ ਬਣ ਗਿਆ ਹੈ ਉਸ ਨੂੰ ਮੈਟਰ ਆਫ ਗਲੋਬਲ ਕਨਸਰਨ ਘੋਸ਼ਿਤ ਕਰ ਦਿੱਤਾ ਗਿਆ ਠੀਕ ਹੈ WHO ਦੇ ਦੁਆਰਾ ਠੀਕ ਹੈ ਤਾਂ ਇਹ ਜੋ ਵੇਰੀਐਂਟ ਇਸ ਦਾ ਨਾਮ ਕੀ ਹੈ ਜੀ ਇਸ ਦਾ ਨਾਮ ਹੈ ਜੀ B1617 ਠੀਕ ਹੈ B1617 ਇਸ ਦਾ ਨਾਮ ਹੈ ਇਸ ਨੂੰ ਗਲੋਬਲ ਕੰਸਰਨ ਦਾ ਨਾਮ ਗਲੋਬਲ ਕੰਸਰਨ ਦੀ ਲਿਸਟ ਵਿੱਚ WHO ਦੁਆਰਾ ਪਾਇਆ ਗਿਆ ਹੈ ਠੀਕ ਹੈ ਜੀ ਸੋ ਦੈਨ ਆਪਾਂ ਆਪਣੇ 33rd ਕੁਐਸਚਨ ਦੀ ਗੱਲ ਕਰ ਲੈਣੇ ਹਾਂ ਰੀਸੈਂਟਲੀ ਵਿਚ ਕੰਟਰੀ ਇਜ਼ ਐਟ ਟੌਪ ਇਨ ਦਾ ਟੈਸਟ ਰੈਂਕਿੰਗਸ ਰੀਲੀਜ਼ਡ ਬਾਏ ਦਾ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ICC ਓਨ 13 ਮਈ 2021 ਤਾਂ ICC ਦੁਆਰਾ ਜੋ 13 ਮਈ 2021 ਨੂੰ ਜਾਰੀ ਕੀਤੀ ਗਈ ਟੈਸਟ ਰੈਂਕਿੰਗ ਸੀ ਤਾਂ ਉਸ ਵਿੱਚ ਟੌਪ ਤੇ ਕਿਹੜੀ ਕੰਟਰੀ ਹੈ ਤਾਂ ਉਸ ਵਿੱਚ ਟੌਪ ਤੇ ਹੈ ਜੀ ਟੈਸਟ ਵਿੱਚ ਟੌਪ ਤੇ ਹੈ ਜੀ ਇੰਡੀਆ ਠੀਕ ਹੈ ਇੰਡੀਆ ਹੈ ਜੀ ਟੈਸਟ ਵਿੱਚ ਟੌਪ ਤੇ ਠੀਕ ਹੈ ਜੀ 1 ਡੇ ਵਿੱਚ ਟੌਪ ਤੇ ਹੈ ਜੀ ਆਪਣੀ ਨਿਊਜ਼ੀਲੈਂਡ ਅਤੇ T20 ਵਿੱਚ ਟੋਪ ਤੇ ਹੈ ਜੀ ਇੰਗਲੈਂਡ ਠੀਕ ਹੈ ਟੈਸਟ ਵਿੱਚ ਟੋਪ ਤੇ ਹੈ ਜੀ ਇੰਡੀਆ ਸੋ ਦੈਨ 34th ਕੁਐਸਚਨ ਦੀ ਗੱਲ ਕਰ ਲੈਨੇ ਹਾਂ ਜੀ ਵੂ ਹੈ ਗੋਟ ਦਾ ਗ੍ਰੀਨ એનર્ਜੀ ਅਵਾਰਡ 2021 ਬਾਈ ਦਾ ਚੈਂਪ ਇੰਡੀਅਨ ਚੈਂਬਰ ਆਫ ਕਮਰਸ ਤਾਂ ਇੰਡੀਅਨ ਚੈਂਬਰ ਆਫ ਕਮਰਸ ਇੱਕ ਅਵਾਰਡ ਦਿੰਦਾ ਹੈ ਜੀ ਗ੍ਰੀਨ એનર્ਜੀ ਅਵਾਰਡ ਤਾਂ ਇਸ ਵਾਰੀ ਜੋ ਗ੍ਰੀਨ એનર્ਜੀ ਅਵਾਰਡ ਮਿਲਿਆ ਹੈ ਜੀ ਇਹ ਆਈਆਰਈਡੀਏ ਨੂੰ ਮਿਲਿਆ ਹੈ ਜੀ ਠੀਕ ਹੈ ਆਈਆਰਈਡੀਏ ਕੀ ਹੈ ਜੀ IREDA ਹੈ ਜੀ ਇੰਡੀਅਨ ਰੀਨਿਊਏਬਲ એનર્ਜੀ ਡਿਵੈਲਪਮੈਂਟ ਏਜੰਸੀ ਠੀਕ ਹੈ ਇੰਡੀਅਨ ਰੀਨਿਊਏਬਲ એનર્ਜੀ ਡਿਵੈਲਪਮੈਂਟ ਏਜੰਸੀ ਹੈ ਜੀ IRDA ਠੀਕ ਹੈ ਅਤੇ ਇਹ ਹਾਂ ਜੀ ਸ਼੍ਰੀ ਪ੍ਰਦੀਪ ਕੁਮਾਰ ਅਤੇ ਇਹਨਾਂ ਨੇ ਇਹ ਵਾਰਡ ਰਿਸੀਵ ਕੀਤਾ ਹੈ ਕਿਹੜਾ ਵਾਰਡ ਹੈ ਜੀ ਗ੍ਰੀਨ એનર્ਜੀ ਅਵਾਰਡ 2021 ਕੌਣ ਦਿੰਦਾ ਹੈ ਜੀ ਇੰਡੀਅਨ ਚੈਂਬਰ ਆਫ ਕਮਰਸ ਠੀਕ ਹੈ ਅਤੇ ਇਸ ਵਾਰ ਕਿਸ ਨੂੰ ਮਿਲਿਆ ਹੈ ਜੀ IREDA ਆਪਸ਼ਨ A ਅਤੇ ਆਪਸ਼ਨ B ਦੋਵੇਂ ਹੀ ਸਹੀ ਹਨ ਸੋ ਦੈਨ ਆਪਣਾ 35ਵਾਂ ਕੁਐਸਚਨ ਹੈ ਕਿ ਰੀਸੈਂਟਲੀ ਇਨ ਵਿਚ ਸਟੇਟ ਹਿਮਾਲੀਅਨ ਰੈਡ ਫੌਕਸ ਸਬਸਪੀਸੀਜ਼ ਹੈ ਸੀ ਤਾਂ ਹਿਮਾਲਿਆ ਦੀ ਜੋ ਲਾਲ ਲੂੰਬੜੀ ਉਸਦੀ ਉਪਜਾਤੀ ਵੇਖੀ ਗਈ ਹੈ ਤੁਸੀਂ ਸਿੰਪਲੀ ਦੱਸਣਾ ਹੈ ਕਿ ਕਿਸ ਸਟੇਟ ਵਿੱਚ ਵੇਖੀ ਗਈ ਹੈ ਤਾਂ ਉਤਰਾਖੰਡ ਵਿੱਚ ਠੀਕ ਹੈ ਉਤਰਾਖੰਡ ਇਸਦੀ ਕੈਪੀਟਲ ਹੈ ਜਿਹੜਾ ਦੂਨ ਅਤੇ ਗੈਰਸਨ ਉੱਥੇ ਵੇਖੀ ਗਈ ਹੈ ਜੀ ਇਹ ਲੂੰਬੜੀ ਦੀ ਹਿਮਾਲੀਅਨ ਲਾਲ ਲੂੰਬੜੀ ਦੀ ਉਪਜਾਤੀ ਠੀਕ ਹੈ ਜੀ ਤੋ 36ਵਾਂ ਕੁਐਸਚਨ ਹੈ ਤਾਂ ਜੋ ਆਪਣਾ ਮੈਟਰੋਲੋਜੀਕਲ ਡਿਪਾਰਟਮੈਂਟ ਹੈ ਤਾਂ ਉਸਨੇ 16 ਮਈ ਨੂੰ ਇੱਕ ਜੋ ਆਪਣਾ ਵੈਸਟ ਕੋਸਟ ਹੈ ਯਾਨੀ ਜੋ ਆਪਣਾ ਪੱਛਮੀ ਤੱਟ ਹੈ ਠੀਕ ਹੈ ਤਾਂ ਇੱਥੇ ਇੱਕ ਤੂਫਾਨ ਤਾਉਕਾਤੇ ਟਕਰਾਏਗਾ ਜੀ ਠੀਕ ਹੈ ਤਾਉਕਾਤੇ ਟਕਰਾ ਗਿਆ ਹੈ ਜੀ ਆਪਣੇ ਪੱਛਮੀ ਤੱਟ ਤੇ ਠੀਕ ਹੈ ਗੁਜਰਾਤ ਵਾਲੇ ਤੱਟ ਤੇ ਠੀਕ ਹੈ 16 ਮਈ ਨੂੰ ਠੀਕ ਹੈ ਤਾਂ ਇਸ ਤਾਉਕਾਤੇ ਦਾ ਨਾਮ ਕਿਸ ਦੁਆਰਾ ਦਿੱਤਾ ਗਿਆ ਤਾਂ ਤਾਉਕਾਤੇ ਦਾ ਨਾਮ ਦਿੱਤਾ ਗਿਆ ਜੀ ਮਯਾਮਾਰ ਦਾ ਮਯਾਮਾਰ ਦੁਆਰਾ ਠੀਕ ਹੈ ਤੁਸੀਂ ਕਹੋਗੇ ਮਯਾਮਾਰ ਤਾਂ ਬੰਗਾਲ ਵਾਲੀ ਸਾਈਡ ਹੈ ਤੇ ਨਾਮ ਇਹਨੇ ਇਧਰ ਵਾਲੇ ਦਾ ਕਿਵੇਂ ਦੇ ਦਿੱਤਾ ਤਾਂ ਬੇਸਿਕਲੀ ਇਹ 13 ਦਿਸ਼ਾਂ ਦਾ ਇੱਕ ਸਮੂਹ ਹੈ ਜੋ ਵਾਰੀ-ਵਾਰੀ ਇਹ ਤੂਫਾਨਾਂ ਦਾ ਨਾਮ ਦਿੰਦੇ ਰਹਿੰਦੇ ਹੈ ਠੀਕ ਹੈ ਤਾਂ ਤੌਕਤ ਇੱਕ ਆਵਾਜ਼ ਕਰਨ ਵਾਲੀ ਛਕਲੀ ਹੈ ਜੀ ਮਯਾਮਾਰ ਵਿੱਚ ਤਾਂ ਤੌਕਤ ਤੇ ਨਾਮ ਦਿੱਤਾ ਸੀ ਜੀ ਮਯਾਮਾਰ ਨੇ ਠੀਕ ਹੈ ਅਤੇ ਜੋ ਹੁਣ ਯਾਸ ਆਇਆ ਹੈ ਜੀ ਓਡੀਸਾ ਦੇ ਵਿੱਚ ਠੀਕ ਹੈ ਯਾਸ ਇੱਕ ਨਵਾਂ ਤੂਫਾਨ ਓਡੀਸਾ ਦੇ ਟੱਟ ਨਾਲ ਟਕਰਾਇਆ ਹੈ ਇਸ ਦਾ ਨਾਮ ਕਿਸ ਨੇ ਦਿੱਤਾ ਹੈ ਜੀ ਇਸ ਦਾ ਨਾਮ ਦਿੱਤਾ ਹੈ ਜੀ ਓਮਾਨ ਨੇ ਠੀਕ ਹੈ ਤਾਂ ਯਾਸ ਦਾ ਕੀ ਅਰਥ ਹੈ ਨਿਰਾਸ਼ਾ ਠੀਕ ਹੈ ਇਸ ਦਾ ਅਰਥ ਹੈ ਜੀ ਨਿਰਾਸ਼ਾ ਤਾਂ ਹਕਤੇ ਤੋਂ ਬਾਅਦ ਆਇਆ ਹੈ ਜੀ ਯਾਸ ਥੈਨ ਅੱਜ ਦਾ ਆਪਣਾ ਲਾਸਟ ਕੁਐਸਚਨ ਹੈ ਰੀਸੈਂਟਲੀ ਦਾ ਨੇਵੀਜ਼ ਆਫ ਇੰਡੀਆ ਐਂਡ ਇੰਡੋਨੇਸ਼ੀਆ ਹੈਵ ਆਰਗੇਨਾਈਜ਼ਡ ਪਾਸੈਕਸ ਐਕਸਰਸਾਈਜ਼ ਠੀਕ ਹੈ ਤਾਂ ਇਹ ਕਿੱਥੇ ਹੋਈ ਸੀ ਪਾਸੈਕਸ ਐਕਸਰਸਾਈਜ਼ ਤਾਂ ਇਹ ਹੋਈ ਸੀ ਜੀ ਅਰੇਬੀਅਨ ਸੀ ਦੇ ਵਿੱਚ ਠੀਕ ਹੈ ਅਰੇਬੀਅਨ ਸੀ ਦੇ ਵਿੱਚ ਇੰਡੀਆ ਐਂਡ ਇੰਡੋਨੇਸ਼ੀਆ ਦੇ ਦੁਆਰਾ ਪਾਸ ਐਕਸਰਸਾਈਜ਼ ਠੀਕ ਹੈ ਆਯੋਜਿਤ ਕੀਤੀ ਗਈ ਠੀਕ ਹੈ ਸੋ ਦੈਨ ਆਪਾਂ ਗੱਲ ਕਰ ਲੈਨੇ ਆ ਰਿਸਕ ਇੰਡੈਕਸ ਦੀ ਤਾਂ ਵੈਰੀਕਸ ਜੋ ਮੈਪਲ ਕ੍ਰਾਫਟ ਹੈ ਤਾਂ ਉਸ ਦੁਆਰਾ ਵਰਲਡ ਦੀ ਟੌਪ ਰਿਸਕ ਜਿਸ ਤੇ ਜੋ ਸਿਟੀਜ਼ ਹਨ ਉਸ ਦੀ ਜੋ ਇੱਕ ਸੂਚਨਾ ਜਾਰੀ ਕੀਤੀ ਗਈ ਠੀਕ ਹੈ ਤਾਂ ਵਰਲਡ ਵਿੱਚ ਜੋ 100 ਸਭ ਤੋਂ ਜ਼ਿਆਦਾ এনवायरमेंट ਨੂੰ ਖਤਰਾ ਪਹੁੰਚਾਉਣ ਵਾਲੀ ਜੋ ਸਿਟੀਜ਼ ਹਨ ਉਸ ਵਿੱਚ ਇੰਡੀਆ ਦੀਆਂ 43 ਸਿਟੀਜ਼ ਹਨ ਤੁਸੀਂ ਆਪੇ ਹੀ ਹਿਸਾਬ ਲਗਾ ਸਕਦੇ ਹੋ ਕਿ ਇੰਡੀਆ ਵਿੱਚ এনवायरमेंट ਦੀ ਕੰਡੀਸ਼ਨ ਕਿਸ ਹੱਦ ਤੱਕ ਵਿਗੜ ਚੁੱਕੀ ਹੈ ਕਿ 100 ਦੁਨੀਆ ਦੀ ਜੋ ਸਭ ਤੋਂ এনवायरमेंट ਨੂੰ ਰਿਸਕ ਕਰਨ ਵਾਲੀ ਰਿਸਕ ਤੇ ਜੋ ਸਿਟੀਜ਼ ਹਨ ਉਸ ਵਿੱਚ 100 ਵਿੱਚੋਂ 99 ਤਾਂ ਏਸ਼ੀਆ ਦੇ ਵਿੱਚ ਹਨ ਠੀਕ ਹੈ 99 ਏਸ਼ੀਆ ਦੇ ਵਿੱਚ ਹਨ ਅਤੇ 43 ਇੰਡੀਆ ਦੇ ਵਿੱਚ ਹਨ ਠੀਕ ਹੈ ਤਾਂ ਫਸਟ ਜੋ ਰੈਂਕ ਹੈ ਇਸ ਵਿੱਚ ਉਹ ਇੰਡੋਨੇਸ਼ੀਆ ਦਾ ਹੈ ਸੈਕੰਡ ਰੈਂਕ ਆਪਨੇ ਇੰਡੀਆ ਦਾ ਹੈ ਤਾਂ ਕਾਫੀ ਥਰਡ ਚੇਨਈ ਦਾ ਹੈ ਜੀ ਫੋਰਥ ਸਰਬਾਇਆ ਇੰਡੋਨੇਸ਼ੀਆ ਦਾ ਤੇ ਫਿਫਥ ਰੈਂਕ ਹੈ ਜੀ ਚੰਡੀਗੜ੍ਹ ਦਾ ਠੀਕ ਹੈ ਕਾਫੀ ਇਸ ਵਿੱਚ ਇੰਡੀਆ ਦੀ 43 ਸਿਟੀਜ਼ ਹਨ ਠੀਕ ਹੈ ਸੋ ਸਭ ਤੋਂ এনवायरमेंट ਰਿਸਕ ਤੇ ਜੋ ਸੋ ਸਭ ਤੋਂ এনवायरमेंट ਰਿਸਕ ਤੇ ਜੋ ਸਿਟੀਜ਼ ਹਨ ਉਸ ਵਿੱਚ 43 ਦਾ ਸਿਰਫ ਆਪਨੇ ਇੰਡੀਆ ਦੀਆਂ ਹਨ ਠੀਕ ਹੈ ਪੰਜਾਬ ਪੁਲਿਸ ਦਾ ਕੋਰਸ ਲਾਂਚ ਹੋ ਚੁੱਕਿਆ ਹੈ ਜੀ 2 ਜੂਨ ਨੂੰ ਠੀਕ ਹੈ ਜੇਲ ਬਾਡਨ ਐਂਡ ਮਾਰਟਨ ਦੇ ਵੀ ਉੱਥੇ ਕੋਰਸ ਹੀ ਤੁਹਾਨੂੰ ਮਿਲ ਜਾਏਗਾ ਅਤੇ ਕੋਆਪਰੇਟਿਵ ਬੈਂਕ ਦਾ ਵੀ ਆਪਣਾ ਨਵਾਂ ਕੋਰਸ ਲਾਂਚ ਹੋ ਚੁੱਕਿਆ ਹੈ ਠੀਕ ਹੈ ਅਤੇ 82nd ਪੇਪਰ ਦੀ ਤਿਆਰੀ ਕਰ ਰਹੀ ਵਿਦਿਆਰਥੀ ਵੀ ਡੈਮੋ ਲੈਕਚਰਸ ਵੇਖ ਕੇ ਸੰਤੁਸ਼ਟੀ ਕਰਕੇ ਜ਼ਰੂਰ ਬੈਚ ਲੈ ਸਕਦੇ ਹਨ ਠੀਕ ਹੈ ਅਤੇ ਪੰਜਾਬ ਪਟਵਾਰੀ ਕ੍ਰੈਸ਼ ਕੋਰਸ ਵੀ ਆਪਣੀ ਬੈਚ ਤੇ ਆ ਚੁੱਕਿਆ ਹੈ ਅਤੇ ਐਂਟੀਟੀ ਦਾ 60 ਨੰਬਰ ਦਾ ਕੋਰਸ ਵੀ ਤੁਸੀਂ ਲੈ ਸਕਦੇ ਹੋ ਸੀਡੀਪੀ करीकुलम पोलसीज एंड प्रोग्राम्स तो इस लैक्चर की वीडियो स टैलीग्राम चैनल पर प्रोवाइड करा दी जाएगी ठीक है सिंपली तुम्हें लिंक डिस्क्रिप्शन जाके उ ज्वाइन कर लो जी अपना टैलीग्राम चैनल ठीक है इंस्टाग्राम एंड फेसबुक पेज में भी लाइक करके रख सकते हो तो थैंक यू फॉर लिसनिंग गॉड बलैस यू ऑल